ਅੱਜ ਦਾ ਵੀਚਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਅਰ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜਦਾ ਵਿਚਾਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ ਨਾਲ ਨੇ ਮੈਡਮ ਹਰਮਨਥਨ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਠੀਕ ਠਾਕ ਹਾਂ ਹਾਂ ਜੀ ਮੈਂ ਠੀਕ ਠਾਕ ਹਾਂ ਤੁਸੀਂ ਬਹੁਤ ਪਲक्कੜ ਹੋ ਮੈਂ ਕੀ ਕਰਾਂ ਟਾਣਾ ਸਾਹਿਬ ਉਹ ਨਹੀਂ ਚਾਹੀਦਾ ਮਾਫੀ ਚਾਹੁੰਨੀ ਆ ਮੈਂ ਇਹਦੇ ਲਈ ਨਹੀਂ ਮਾਫੀ ਦੀ ਨਹੀਂ ਗੱਲ ਵੈਸੇ ਹੀ ਇੱਕ ਸੁਭਾਅ ਦੇ ਵਿੱਚ ਗੱਲ ਸ਼ਾਮਲ ਹੋਣੀ ਚਾਹੀਦੀ ਆ ਵੀ ਜਿਹੜੀ ਗੱਲ ਚੇਤੇ ਦੇ ਵਿੱਚ ਵਸ ਗਈ ਤੇ ਉਹਨੂੰ ਅਸੀਂ ਨਿਕਲ ਨਹੀਂ ਦੇਣਾ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਸਲ ਦੇ ਵਿੱਚ ਨਾ ਹੱਥ ਖਾਲੀ ਹੋਣ ਤਾਂ ਮੈਂ ਕਦੇ ਵੇਖੋ ਅੱਜ ਕੱਲ ਮੈਂ ਫੇਰ ਵੀ ਧਿਆਨ ਚ ਥੋੜੀ ਜੀ ਚੀਜ਼ ਰੱਖਦੇ ਆ ਨਾ ਬਿਲਕੁਲ ਪਾਣੀ ਧਿਆਨ ਗੋਚਰੇ ਕਹਿੰਦੇ ਇਹਨੂੰ ਬਿਲਕੁਲ ਸਹੀ ਤੇ ਡਾਣਾ ਸਾਹਿਬ ਫੇਰ ਮੌਸਮ ਕਿਵੇਂ ਆ ਦੱਸ ਦਿਓ ਮੌਸਮ ਵੀ ਬਿਲਕੁਲ ਕੱਲ ਵਾਂਗੂ ਹੀ ਆ ਅੱਛਾ ਬਿਲਕੁਲ ਕੱਲ ਵੀ ਓਵੇਂ ਹੀ ਸੀ ਰਾਤ ਨੂੰ ਠੰਡ ਜੀ ਜੀ ਤੇ ਦਿਨ ਦੇ ਵੇਲੇ ਤਪਸ਼ ਜੀ ਜੀ ਤੇ ਕੱਲ ਥੋੜੀ ਜੀ ਤਾਂ ਦਿਢ ਮੇਲੇ ਗਰਮੀ ਹੋਗੀ ਹੂੰ ਤੇ ਮੈਂ ਆਖਿਆ ਵੀ ਕਿਤੇ ਫੇਰ ਨਾ ਉਹੀ ਜੇਠਾੜਾ ਜੇ ਪਰ ਨਹੀਂ ਅੱਜ ਫੇਰ ਠੀਕ ਆ ਜੀ ਤੇ ਮੇਰੀ ਇੱਕ ਤੁਹਾਨੂੰ ਬੇਨਤੀ ਆ ਮੇਰੀ ਨਾ ਬੇਇੱਜ਼ਤੀ ਕਰਾਉਣੀ ਤੁਸੀਂ ਬੰਦ ਕਰੋ ਕੀ ਹੋਇਆ ਮੈਂ ਐ ਬਹਿ ਜਾਣਾ ਜਗਾ ਪਾ ਕੇ ਜੀ ਤੁਸੀਂ ਉਤੋਂ ਬਣ ਕੇ ਵਕੀਲ ਤੇ ਆ ਪਾਲਾਪੋਟ ਪਾ ਕੇ ਬਹਿ ਜੰਨੇ ਆ ਮੈਂ ਕਹ ਦਿੰਦੇ ਪਰਲੇ ਪਾਸੇ ਠੱਡ ਬਹੁਤ ਆ ਏਸੀ ਦਾ ਮੂੰਹ ਇਧਰ ਨੂੰ ਹੈ ਅਸਲ ਦੇ ਵਿੱਚ ਮੈਂ ਵਕਾਲਤ ਹੀ ਤਾਂ ਕਰਨੀ ਹੁੰਦੀ ਹੈ ਕਿੰਨੇ ਸਵਾਲ ਮੈਂ ਤੁਹਾਨੂੰ ਪੁੱਛਦੀਆਂ ਜਿਵੇਂ ਵਕੀਲ ਪੁੱਛਦੇ ਹੁੰਦੇ ਨੇ ਆ ਕਿਵੇਂ ਹੋ ਗਿਆ ਆ ਕਿਵੇਂ ਟਾਣਾ ਸਭ ਉੱਥੇ ਕੀ ਹੋਇਆ ਉੱਥੇ ਕੀ ਸੋ ਇੱਕ ਤਰੀਕੇ ਨਾਲ ਮੈਂ ਜਿਹੜੀ ਫੀਲਿੰਗ ਆ ਮਹਿਸੂਸ ਜਿਹੜਾ ਮੈਂ ਆਪਣਾ ਨੂੰ ਵਕੀਲ ਹੀ ਕਰਨ ਲੱਗ ਜਾਂਦੀ ਵਿੱਚ ਵਾ ਮੈਨੂੰ ਵਕੀਲਾਂ ਵਾਲੀ ਗੱਲ ਤੋਂ ਇੱਕ ਗੱਲ ਚਿੱਤੇ ਆ ਗਈ ਜੀ ਕਹਿੰਦੇ ਵੀ ਇੱਕ ਵਾਰੀ ਇੱਕ ਬੰਦੇ ਨੇ ਕਰਤਾ ਕਤਲ ਹੂੰ ਉਹ ਇੱਕ ਵਕੀਲ ਕੋਲੇ ਚਲਾ ਗਿਆ ਅੱਛਾ ਜੀ ਵਕੀਲ ਨੂੰ ਕਹਿੰਦਾ ਵੀ ਫੀਸ ਕਿੰਨੀ ਲੱਗੂਗੀ ਬਸ ਆਪਾਂ ਬਰੀ ਹੋਣਾ ਹੂੰ ਉਹ ਕਹਿੰਦਾ ਬਾਕੀ ਤਾਂ ਬਾਬਾ ਜੀ ਬਾਅਦ ਦੀਆਂ ਗੱਲਾਂ ਬਸ ਰੁਪਈਆ ਲੱਗੂਗਾ 50000 ਹੂੰ ਉਹਨੇ ਮਨ ਦੇ ਵਿੱਚ ਸੋਚਿਆ ਬਾਬੇ ਨੇ ਵੀ 50000 ਰੁਪਏ ਦੇ ਵਿੱਚ ਕਿਹੜਾ ਵਕੀਲ ਹੋਊਗਾ ਤਾਂ ਜੜਾ ਕਤਲ ਦਾ ਮੁਕਦਮਾ ਜਿਹੜਾ ਵੱਧ ਪੈਸੇ ਲਾਊਗਾ ਉਹੀ ਵਧੀਆ ਤਰੀਕੇ ਨਾਲ ਕੇਸ ਲੜ ਸਕਦਾ ਮੇਰਾ ਠੀਕ ਲਓ ਜੀ ਉਹ ਅਗਲੇ ਵਕੀਲ ਕੋਲੇ ਗਿਆ ਤੇ ਉਹਨੇ 2 ਲੱਖ ਰੁਪਏ ਕਹਤਾ ਕਹਣਾ ਵੀ 2 ਲੱਖ ਰੁਪਏ ਲਵਾਂ ਕੇਸ ਦਾ ਅੱਛਾ ਜੀ ਬਾਬੇ ਨੇ ਆਖਿਆ ਵੀ ਹੁਣ ਗੱਲ ਬਣ ਗਈ ਇਹ ਬਚਾਉ ਇਹ ਕੋਈ ਤਕੜਾ ਵਕੀਲ ਲੱਗਦਾ ਉਹਨੇ 2 ਲੱਖ ਰੁਪਏ ਮੂਰੇ ਰੱਖਤਾ ਠੀਕ 6 ਕਿ ਮਹੀਨਿਆਂ ਬਾਅਦ ਜੱਜ ਨੇ ਸਦਾ ਸੁਣਾਤੀ ਕਹਿੰਦੇ ਵੀ ਇਹਨੂੰ ਫਾਂਸੀ ਦੇਣੀ ਆ ਹਾਂ ਤੇ ਬਾਬਾ ਡਸਕ ਦਾ ਜਾ ਬਾਹਰ ਨੂੰ ਤੁਰ ਆਵੇ ਤੇ ਪਹਿਲਾ ਵਾਲਾ ਵਕੀਲ ਵੀ ਉੱਥੇ ਖੜਾ ਹੂੰ ਉਹ ਕਹਿੰਦਾ 2 ਲੱਖ ਰੁਪਈਆ ਦਿੱਤਾ ਸੀਗਾ ਤੇ ਫੇਰ ਵੀ ਫਾਂਸੀ ਦੀ ਸਰਦਾ ਸੁਣਾਤੀ ਆ ਕਹਿੰਦਾ ਆਹੀ ਕੰਮ ਹੈ 50 ਹਜ਼ਾਰ ਚ ਕਰਾਉਣਾ ਸੀ ਤੁਸੀਂ 1.5 ਲੱਖ ਐਵੇਂ ਵਧਦੇ ਆਏ ਬਿਲਕੁਲ ਤੇ ਆਪਾ ਹੁਣ ਚਾਹਦੇ ਵਿਚਾਰ ਦੀ ਸਾਂਝ ਪਾਈ ਦੇਖੋ ਕਿੱਜ ਦਾ ਵਿਚਾਰ ਇਹ ਆ ਵੀ ਬਹੁਤ ਖੂਬਸੂਰਤ ਆ ਕਮਾਲ ਦਾ ਸਾਦਤ ਹਸਨ ਮੰਟੋ ਹੋਰਾਂ ਨੇ ਇਹ ਲਿਖਿਆ ਹੋਇਆ ਕਹਿੰਦੇ ਬਈ ਤਵਾਇਫ ਕੋਠੇ ਦੀ ਤਵਾਇਫ ਯਾਨੀ ਕਿ ਵੇਸਵਾ ਹੂੰ ਤੇ ਵਿਕਿਆ ਹੋਇਆ ਪੱਤਰਕਾਰ ਹੂੰ ਇੱਕੋ ਸ਼੍ਰੇਣੀ ਦੇ ਵਿੱਚ ਆਉਂਦਾ ਵਾਹ ਉਠੇ ਦੀ ਤੁਆਇਫ ਤੇ ਵਿਕਿਆ ਹੋਇਆ ਪੱਤਰਕਾਰ ਇੱਕੋ ਸ਼੍ਰੇਣੀ ਦੇ ਵਿੱਚ ਆਉਂਦਾ ਇੱਕੋ ਕਲਾਸ ਦੇ ਵਿੱਚ ਆਉਂਦਾ ਪਰ ਪੱਤਰਕਾਰ ਦੇ ਨਾਲੋਂ ਤੁਆਇਫ ਦੀ ਕਦਰ ਵੱਧ ਹੁੰਦੀ ਹੈ ਇੱਜ਼ਤ ਵੱਧ ਹੁੰਦੀ ਹੈ ਕਿਉਂਕਿ ਉਹਨਾਂ ਦਾ ਪਤਾ ਵੀ ਇਹ ਆਪਣੇ ਤਨ ਦਾ ਸੌਦਾ ਕਰਦੀ ਹੈ ਇਹਦੀ ਕੋਈ ਮਜਬੂਰੀ ਹੋਊਗੀ ਜਾਂ ਕੋਈ ਵੀ ਕਾਰਨ ਹੋਊਗਾ ਇਹਦੇ ਵਿੱਚ ਆਪਾਂ ਨਹੀਂ ਪੈਂਦੇ ਪਰ ਪੱਤਰਕਾਰ ਜਿਹੜਾ ਵਿਕਿਆ ਹੋਇਆ ਹੋਵੇ ਅੰਦਰੋਂ ਤੇ ਉੱਤੋਂ ਕਵੇ ਜੀ ਕਿ ਮੈਂ ਤਾਂ ਬਹੁਤ ਪਾਰਦਰਸ਼ੀ ਹਾਂ ਮੈਂ ਤਾਂ ਬਹੁਤ ਨਿਰਪੱਖ ਹਾਂ ਉਹ ਦੋ ਮੂੰਹਾਂ ਹੁੰਦਾ ਇਸ ਕਰਕੇ ਪੱਤਰਕਾਰ ਨੂੰ ਆਪਣੀ ਕਲਮ ਦੇ ਨਾਲ ਆਪਣੇ ਬੋਲਾਂ ਦੇ ਨਾਲ ਇਨਸਾਫ ਕਰਨਾ ਚਾਹੀਦਾ ਜਿਹੋ ਜਾਂ ਅੰਦਰੋਂ ਆ ਉਹੋ ਜਾਂ ਬਾਹਰੋਂ ਹੋਣਾ ਚਾਹੀਦਾ ਜਿਹੋ ਜਾਂ ਬਾਹਰੋਂ ਬਣ ਕੇ ਦਿਖਾਉਂਦਾ ਉਹੋ ਜਾਂ ਅੰਦਰੋਂ ਹੋਣਾ ਚਾਹੀਦਾ ਹੱਕ ਤੇ ਸੱਚ ਦੀ ਗੱਲ ਕਰਨੀ ਚਾਹੀਦੀ ਹੈ ਇੱਕ ਮਿੰਟਾ ਨਾ ਸਾਬ ਤੜੀਆਂ ਮਾਰਨ ਨੂੰ ਜੀ ਕੀਤਾ ਸੀ ਮੇਰਾ ਹਾਂ ਕਮਾਲ ਕਰ ਦਿੱਤੀ ਸੱਚੀ ਮਤਲਬ ਬਿਲਕੁਲ 100% ਦੀ ਸਹੀ ਗੱਲ ਕਹੀ ਹੈ ਤੁਸੀਂ ਤੇ ਹੁਣ ਜਿਹੜਾ ਮੈਂ ਚਾਹਦਾ ਵਿਚਾਰ ਲੈ ਕੇ ਆਇਆ ਜੁੜਿਆ ਉਹ ਵੀ ਕਲਾਸ ਨਾਲ ਹੀ ਹੋਇਆ ਅੱਛਾ ਕਹਿੰਦੇ ਬੋਲਣਾ ਕਿਵੇਂ ਇਹ ਕਲਾਸ ਚ ਨਹੀਂ ਸਿਖਾਇਆ ਜਾਂਦਾ ਦੁਨੀਆ ਦੀ ਕੋਈ ਵੀ ਕਲਾਸ ਇਹੋ ਜੀ ਨਹੀਂ ਹੈ ਜਿੱਥੇ ਬੋਲਣਾ ਕਿਵੇਂ ਸਿਖਾਇਆ ਜਾਂਦਾ ਹੋਵੇ ਪਰ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਹਾਡੀ ਕਲਾਸ ਦਾ ਜ਼ਰੂਰ ਪਤਾ ਲੱਗ ਜਾਂਦਾ ਵੀ ਤੁਸੀਂ ਕਿਹੜੀ ਕਲਾਸ ਦੇ ਮਾਰੀ ਕਲਾਸ ਤੋਂ ਭਾਵ ਸ਼੍ਰੇਣੀ ਸ਼੍ਰੇਣੀ ਕਹਿਣਾ ਸੀ ਤੁਸੀਂ ਕਿਵੇਂ ਬੋਲਦੇ ਹੋ ਤੇ ਤੁਹਾਡੀ ਸ਼੍ਰੇਣੀ ਦਾ ਪਤਾ ਲੱਗ ਜਾਂਦਾ ਇਸ ਗੱਲ ਤੋਂ ਇਸ ਕਰਕੇ ਭਾਈ ਤੋਲ ਕੇ ਬੋਲੋ ਪਹਿਲੀ ਗੱਲ ਤੇ ਤੁਹਾਡੇ ਕੋਲੇ ਸ਼ਬਦ ਚੋਣ ਇੰਨੀ ਖੂਬਸੂਰਤ ਹੋਣੀ ਚਾਹੀਦੀ ਆ ਵੀ ਕਦੇ ਵੀ ਤੁਹਾਨੂੰ ਝੋਲ ਮਾਰਦੇ ਸ਼ਬਦ ਦੀ ਲੋੜ ਨਾ ਪਵੇ ਜੀ ਕਦੇ ਵੀ ਰੁੱਖੇ ਤੇ ਕੁਰਖਤ ਤੇ ਅਖੜ ਸ਼ਬਦ ਦੀ ਵਰਤੋਂ ਨਾ ਕਰਨੀ ਪਵੇ ਇਸ ਕਰਕੇ ਜੇਕਰ ਤੁਹਾਡੀ ਵੋਕੈਬਲਰੀ ਜਿਹਨੂੰ ਬਹੁਤ ਵੱਡਾ ਗਿਆਨ ਦਾ ਭੰਡਾਰ ਕਹਿੰਦੇ ਆ ਵਿਆਕਰਣ ਵਿਆਕਰਣਿਕ ਸ਼ੁੱਧਤਾ ਜੇਕਰ ਤੁਹਾਡੇ ਕੋਲ ਹੈਗੀ ਆ ਤਾਂ ਗੱਲ ਠੀਕ ਆ ਨਹੀਂ ਤਾਂ ਫਿਰ ਐਈ ਜਿੱਥੇ ਮਰਜ਼ੀ ਗਾਲ ਕੱਢਦੇ ਹੋ ਬਿਲਕੁਲ ਸਹੀ ਗੱਲ ਹੈ ਕਈ ਲੋਕ ਤਾਂ ਹੁੰਦੇ ਵੀ ਇਹੋ ਜੇ ਆ ਨਾ ਗਾਲ ਕੱਢ ਕੇ ਕਹਿਣਗੇ ਕੌਣ ਕਹਿੰਦਾ ਮੈਂ ਗਾਲ ਕੱਢਦਾ ਸਾਡੇ ਇੱਕ ਵਾਰੀ ਹੋਇਆ ਏ ਮੇਰੇ ਜਾਣਕਾਰਾਂ ਦੇ ਵਿੱਚ ਹੋਇਆ ਉਹਦੇ ਕੋਲ ਇੱਕ ਬੰਦਾ ਆਇਆ ਨਿੱਕੇ ਜਿਹੇ ਭੈ ਹੈ ਤੇਰੀ ਭੈ ਐਂ ਕਰੀ ਜਾਵੇ ਉਹ ਕਹਿੰਦਾ ਗਾਲਾਂ ਕਦੋਂ ਕੱਢਦਾ ਤੂੰ ਯਾਰ ਨਿੱਕੀ ਨਿੱਕੀ ਗਲਤ ਗਾਲ ਖੜਾ ਕਰਕੇ ਇਹਦਾ ਭੈ ਕਹਿੰਦਾ ਇਦਾਂ ਬਿਲਕੁਲ ਸਹੀ ਪਰ ਉਹਨਾਂ ਦੇ ਨਿੱਕੇ ਹੁੰਦੇ ਕਦੇ ਹਾਥੀ ਤੇ ਬੈਠੇ ਹੋ ਹਾਂਜੀ ਮੈਂ ਵੀ ਬੈਠਾ ਜੀ ਉਦੋਂ ਇੱਕ ਝੂਟਾ ਜਿਹਾ ਦਵਾਉਂਦੇ ਹੁੰਦੇ ਸੀ ਪਤਾ ਨਹੀਂ ਉਹਦੇ ਪਿੱਛੇ ਕੀ ਕਾਰਨ ਸੀਗਾ ਜੀ ਸ਼ਾਇਦ ਸਾਨੂੰ ਰੋਂਦਿਆਂ ਨੂੰ ਚੁੱਪ ਕਰਾਉਣ ਦੇ ਲਈ ਸੀ ਹੂੰ ਸ਼ਾਇਦ ਕੋਈ ਇਹੋ ਜਿਹੀ ਮਿੱਥ ਸੀਗੀ ਵੀ ਬੱਚੇ ਨੂੰ ਜਕਰ ਹਾਥੀ ਦੇ ਉੱਤੇ ਬਿਠਾ ਦਈਏ ਤਾਂ ਸ਼ਾਇਦ ਇਹ ਹਾਥੀਆਂ ਦੀ ਸਵਾਰੀ ਕਰਦਾ ਮੈਂ ਸੋਚਦਾ ਵੀ ਜਦੋਂ ਇਸ ਵਕਤ ਗੱਡੀਆਂ ਹੈਗੀਆਂ ਹਾਥੀ ਤੋਂ ਕੀ ਕਰਾਉਣਾ ਹਾਥੀ ਜੰਗਲ ਦਾ ਰਾਜਾ ਹਾਥੀ ਜੰਗਲ ਦੇ ਵਿੱਚ ਠੀਕ ਆ ਵੀ ਜੇ ਹੁਣ ਗਲੀ ਦੇ ਵਿੱਚ ਲਿਆ ਕੇ ਮੈਨੂੰ ਟੀਸੀ ਦਾ ਟੰਗ ਦੇਵੋਗੇ ਤਾਂ ਗੱਲ ਹੈ ਕੋਈ ਇਹ ਨਹੀਂ ਮੈਂ ਤਾਂ ਟਾਣਾ ਸਾਹਿਬ ਚਾਚਾ ਦੇ ਵਿੱਚ ਕੀਤੀ ਸੀ ਹਾਥੀ ਦੀ ਸਵਾਰੀ ਉਹ ਜਿਹੜੇ ਆਉਂਦੇ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਫਿਰ ਉਹਨਾਂ ਨੂੰ ਕੁਛ ਨਾ ਕੋਸ਼ ਆਟਾ ਦੇ ਦੋ ਹਾਥੀ ਨੂੰ ਕੁਛ ਖਵਾ ਦਿਓ ਜਾਂ ਕੁਛ ਵੀ ਕਰ ਦਿਓ ਹਨਾ ਤੇ ਉਹ ਮੈਂ ਜਦੋਂ ਐਡਾ ਵੱਡਾ ਸਾਰਾ ਹਾਥੀ ਵੇਖਿਆ ਨਿੱਕੀ ਜੀ ਸੀ ਮੈਂ ਹਨਾ ਤੇ ਪਹਿਲੀ ਵਾਰ ਹਾਥੀ ਵੇਖਿਆ ਤੇ ਚਾ ਚੜਿਆ ਵੀ ਸ਼ਾਇਦ ਇਹਦੇ ਉੱਤੇ ਚੜ ਕੇ ਅਸਮਾਨ ਨੂੰ ਹੱਥ ਲੱਗ ਜਾਊਗਾ ਹਨਾ ਤੇ ਇਸ ਲਈ ਉਹਦੀ ਪਿੱਠ ਤੇ ਚੜ ਗਈ ਪਰ ਬਾਅਦ ਵਿੱਚ ਉੱਤੇ ਜਾ ਕੇ ਡਰ ਬੜਾ ਲੱਗਿਆ ਸੀ ਵਾ ਚੂਲੋ ਅਸਮਾਨ ਸ਼ੁਰੂ ਤੋਂ ਹੀ ਸੋਚ ਲਈਓ ਜੀ ਬਿਲਕੁਲ ਸਹੀ ਵਾਹ ਦਾ ਅਸਲ ਦੇ ਵਿੱਚ ਇਹ ਆ ਵੀ ਨਿਆਣਿਆਂ ਨੂੰ ਬੜਾ ਚਾਹ ਹੁੰਦਾ ਜਦੋਂ ਹਾਥੀ ਦੇ ਪਿੱਛੇ ਕੁੱਤੇ ਭਾਈਦੇ ਆ ਤੇ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ ਹਾਥੀ ਇੱਥੇ ਤਾਂ ਗੱਲ ਬਣੀ ਆ ਵੀ ਜੋ ਮਰਜ਼ੀ ਕਹੀ ਜਾਵੇ ਹਾਥੀ ਵੰਗੋ ਪਰਵਾਹ ਨਾ ਕਰੋ ਮਸਤ ਹੋ ਕੇ ਤੁਰਦੇ ਰਹੋ ਜੀ ਪਰ ਜਦੋਂ ਹਾਥੀ ਵਿਗੜ ਜਾਂਦਾ ਨਾ ਗੱਲ ਫੇਰ ਬਣਦੀ ਆ ਉਹਦੇ ਲਈ ਉਹਦੇ ਲਈ ਨਹੀਂ ਜਿਹੜਾ ਉੱਤੇ ਬੈਠਾ ਹੁੰਦਾ ਫਿਰ ਮਹਾਵਤ ਮਹੂਬਤ ਕੀ ਤੇ ਸਭ ਦੇ ਭੰਬੜਾ ਭੂ ਕਰ ਦਿੰਦਾ ਬਿਲਕੁਲ ਸਹੀ ਗੱਲ ਆ ਹੁਣ RAMDEB ਹੋਰੀ ਮਥੁਰਾ ਦੇ ਵਿੱਚ ਹਮ ਇੱਕ ਆਸ਼ਰਮ ਦੇ ਵਿੱਚ ਗਏ ਆ ਹਾਥੀ ਦੇ ਉੱਤੇ ਬੈਠੇ ਆ ਵੀ ਜਿਵੇਂ ਧਰਤੀ ਖਤਮ ਹੋ ਗਈ ਹੁੰਦੀ ਆ ਮੈਂ ਤਾਂ ਇਹ ਸੋਚਦਾ ਰਿਹਾ ਤੇ ਮੈਂ ਬਹੁਤ ਵੈਰੀ RAMDEB ਖੁਰਾ ਨੂੰ ਵੀ ਇਹ ਕਹਿੰਨੇ ਸੁਣਿਆ ਵੀ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਅਸੀਂ ਵੀ ਕਹਿੰਨੇ ਭਾਈ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੀਦਾ ਫਿਰ ਜ਼ਮੀਨ ਤੇ ਚਟਾਈ ਵਿਛਾ ਲੋ ਜ਼ਮੀਨ ਤੇ ਦਰੀ ਵਿਛਾ ਲੋ ਜੀ ਜ਼ਮੀਨ ਤੇ ਦੈਲਾ ਵਿਛਾ ਲੋ ਜ਼ਮੀਨ ਤੇ ਪੱਲੀ ਵਿਛਾ ਲੋ ਹਮ ਹਾਥੀ ਤੇ ਚੜ ਕੇ ਅਸਣ ਕਰਨ ਲੱਗ ਗਏ ਐਂਜੇ ਕਰਕੇ ਐਜਾ ਕਰਨੇ ਦਾ ਐਜੇ ਕਰਨੇ ਦਾ ਹਾਂ ਐਂਜੇ ਕਰ ਜਾਂਦੇ ਆ ਹਾਥੀ ਨੇ ਪਹਿਲਾਂ ਐਂਜੇ ਕੀਤਾ ਹਮ ਉਹ ਕਿਤੇ ਉਹ ਵੀ ਯੋਗਾ ਤਾਂ ਨਹੀਂ ਕਰਨ ਲੱਗ ਗਿਆ ਸੀ ਉਦੋਂ ਉਹਨਾਂ ਨੇ ਫਿਰ ਵੀ ਐਂ ਰੱਖਿਆ ਵੀ ਭਾਈ ਮੇਰੀ ਤਾਂ ਇਕਾਗਰਤਾ ਬਣੀ ਆ ਜਦੋਂ ਹਾਥੀ ਨੇ ਕੀਤਾ ਪੂੰ ਤੇ ਆਰਾਮਦੇਵ ਜੀ 100 ਗ੍ਰਾਮ ਦੀ ਬੱਟੀ ਉਹ ਥੱਲੇ ਓਹੋ ਮੈਂ ਵੀ ਉਹ ਵੀਡੀਓ ਵੇਖੀ ਆ ਵੈਸੇ ਟਾਣਾ ਸਾਹਿਬ ਮੈਨੂੰ ਸਮਝ ਨਹੀਂ ਆਈ ਵੀ ਐਡੀ ਕੀ ਲੋਡ ਪੈ ਗਈ ਸੀ ਵੀ ਮਤਲਬ ਯੋਗਾ ਕਰਨਾ ਤੁਸੀਂ ਹਾਥੀ ਤੇ ਚੜ ਕੇ ਕਿਹੜਾ ਯੋਗਾ ਹੁੰਦਾ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਸਾਈਕਲ ਤੋਂ ਡਿੱਗਣ ਦੀ ਅਪਾਰ ਸਫਲਤਾ ਤੋਂ ਬਾਅਦ ਆਪਾਂ ਹਾਥੀ ਤੇ ਕਿਉਂ ਚੜੇ ਮੈਨੂੰ ਵੀ ਵੀਡੀਓ ਯਾਦ ਆ ਗਈ ਜੂ ਮੈਦੇ ਜਾਂਦੇ ਆ ਸਾਈਕਲ ਤੇ ਮੜੇ ਮੋੜ ਹੀ ਕੱਟਦੇ ਆ ਬਿਲਕੁਲ ਇਹ ਤਾਂ ਸ਼ੁਕਰ ਕਰੋ ਵੀ ਉਹ ਉੱਤੋਂ ਡਿੱਗੇ ਜਦੋਂ ਹਾਥੀ ਤੋਂ ਪੈਰਾਂ 'ਪਾਰ ਡਿੱਗੇ ਜੇ ਕਿਤੇ ਥੋਣ 'ਪਰ ਡਿੱਗਦੇ ਫੇਰ ਨੁਕਸਾਨ ਹੋ ਜਾਣਾ ਸੀ ਬਿਲਕੁਲ ਪਰ ਹੋ ਸਕਦਾ ਹੈ ਕਿ RAMDEV ਹੋਰੀ ਹੁਣ ਇਹ ਕਹਿਣ ਵੀ ਦੇਖੋ ਯੋਗਾ ਕਰ ਕਰਕੇ ਮੈਂ ਕਿੰਨਾ ਮਜ਼ਬੂਤ ਹੋ ਗਿਆ ਹਾਥੀ ਤੋਂ ਵੀ ਡਿੱਗੇ ਤਾਂ ਕੋਈ ਗੱਲ ਨਹੀਂ ਹੌਲੀ ਹੌਲੀ ਜ਼ਰਾਫ ਹਾਂ ਹੈ ਨਾ ਹੌੜੀ ਹੌੜੀ ਹੋਸਣਾ ਜਾਜ ਦੇ ਉੱਪਰ ਬਹਿ ਕੇ ਕਹਿਣ ਦੀ ਐਸਾ ਇੱਥੇ ਬਹਿ ਕੇ ਯੋਗਾ ਕਰਦਾ ਨਹੀਂ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਇਹ ਕਿਹੜੀ ਗੱਲ ਹੋਈ ਹਾਥੀ ਵੀ ਪੂਰਾ ਐ ਸ਼ਿੰਗਾਰਿਆ ਜਿਵੇਂ ਨਾ ਪਿੰਡਾਂ ਦੇ ਵਿੱਚ ਘੰਡੋਲੀ ਸ਼ਿੰਗਾਰੀ ਹੁੰਦੀ ਹੈ ਐ ਫੁੱਲ ਬੂਟੇ ਹਾਥੀ ਤੇ ਪਾਏ ਆ ਐ ਲਾਲ ਚਿੱਟਾ ਤਿੱਤਰ ਬਿੱਤਰ ਜਿਹਿਆਂ ਹਾਥੀ ਤੇ ਪਾਈਆਂ ਉਹਦੇ ਉੱਤੇ ਐ ਦਰੀ ਜੀ ਫੁਲਕਾਰੀ ਵਿਸ਼ਾ ਕੇ ਤੇ ਉੱਤੇ ਜਨਾਬ ਬੈਠੇ ਆ ਕਰਕੇ ਐਜਾ ਕਰਨੇ ਕਾ ਸੋ ਅੱਗੇ ਤੋਂ ਇਹੋ ਜਿਹੇ ਪੰਗੇ ਉਹਨਾਂ ਨੂੰ ਬਿਲਕੁਲ ਨਹੀਂ ਲੈਣੇ ਚਾਹੀਦੇ ਕਿਸੇ ਦੇ ਨਾਲ ਵੀ ਸਹਿਮਤ ਅਸਹਿਮਤ ਹੋਏਗੇ ਪਰ ਤੰਦਰੁਸਤੀ ਹਰ ਕਿਸੇ ਦੀ ਮੰਗਦੇ ਆ ਇਸ ਕਰਕੇ ਰਾਮਦੇਵ ਜੀ ਨੂੰ ਬੇਨਤੀ ਹੈ ਵੀ ਭਾਈ ਆਪਣਾ ਕਾਰੋਬਾਰ ਚੱਲਿਆ ਸੋਨਾ ਚੱਲਿਆ ਤੇ ਆਪਾਂ ਨੂੰ ਇਦਾਂ ਨਹੀਂ ਪੰਗੇ ਲੈਣੇ ਚਾਹੀਦੇ ਜਾਨ ਹੈ ਤਾਂ ਜਹਾਨ ਹੈ ਬਿਲਕੁਲ ਹਜ਼ਾਰਾਂ ਲੱਖਾਂ ਕਰੋੜ ਦੀ ਟਰਨਓਵਰ ਹੈ ਜੀ ਉਹਨੂੰ ਸਾਂਭਣ ਦੇ ਲਈ ਵੀ ਤਾਂ ਮਤਲਬ ਬੰਦੇ ਨੂੰ ਸਿੱਦਤ ਦੇ ਨਾਲ ਕੰਮ ਕਰਨਾ ਪੈਂਦਾ ਸੋਚਣਾ ਪੈਂਦਾ ਸੋ ਜੇ ਮੰंजे ਤਾਂ ਹੀ ਪੈਗੇ ਇਹੋ ਜੇ ਕੰਮ ਕਰਨ ਤੋਂ ਬਾਅਦ ਤੇ ਫਿਰ ਬੰਦਾ ਕੰਮ ਵੱਲ ਕਾਰੋਬਾਰ ਵੱਲ ਧਿਆਨ ਕਿਵੇਂ ਦੇ ਪਾਏਗਾ ਬਿਲਕੁਲ ਸਹੀ ਚੰਚ ਦਾ ਵਿਚਾਰ ਹਰਮਨ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਤਾਂ ਮੈਨੂੰ ਨਾ ਕਈ ਸੱਜਣਾ ਦੇ ਫੋਨ ਆਏ ਆ ਜੀ ਜਿਹੜੇ ਮਲੇਰਕੋਟਲੇ ਦੇ ਉਸ ਪਿੰਡ ਦੇ ਆ ਜਿੱਥੇ ਕਿ ਇਹ ਜਿਹੜਾ ਬਾਬਾ ਹੂੰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬਹਿੰਦਾ ਤੇ ਜਿਹੜਾ ਕਿ ਪੈਸਿਆਂ ਨੂੰ ਦੁੱਗਣੇ ਤਿੱਗਣੇ ਚੌਗਣੇ ਕਰਕੇ ਦੇਣ ਦੀ ਗੱਲ ਕਰਦਾ ਜੀ ਜਿਹੜੀ ਕੱਲ ਵੀ ਤੁਸੀਂ ਗੱਲ ਸਾਂਝੀ ਕੀਤੀ ਸੀ ਵੀ ਉਹ ਕਹਿੰਦਾ ਵੀ ਜੇ 1000 ਦੋਗੇ ਤਾਂ ਮੈਂ ਪਤਾ ਨਹੀਂ 3000 ਕਰ ਦੋ ਤਿੰਨ ਹਜ਼ਾਰ ਵਾਲੀ ਸਕੀਮ ਆ ਇੱਕ ਮੇਰਾ ਖਿਆਲ 10000 ਦੇ ਲਈ ਇੱਕ 30000 ਵਾਲੀ ਤੇ ਇੱਕ 3 ਲੱਖ ਰੁਪਏ ਵਾਲੀ ਅੱਛਾ ਜੀ ਕਹਿੰਦੇ ਵੀ ਇਹ ਜਿਹੜੇ ਪਾਠ ਸ਼ੁਰੂ ਹੋਏ ਹਨ ਇਹ ਪਾਠਾਂ ਦੀ ਲ ਤੇ ਇੱਕ ਹੰੜਾ ਬਾਅਦ ਆਪੇ ਤੁਹਾਨੂੰ ਕਿਸ਼ਤ ਦੇਣੀ ਸ਼ੁਰੂ ਕਰ ਦਿਆਂਗੇ ਹੁਣ ਤੱਕ ਮੈਂ ਨਾ ਇੱਕ ਦੋ ਪਿੰਡਾਂ ਦੇ ਜਿਹੜੇ ਆਲੇ-ਦੁਆਲੇ ਦੇ ਉੱਥੇ ਪਿੰਡਾਂ ਉਹਨਾਂ ਦੇ ਲੋਕਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਜੇਕਰ ਤੁਹਾਨੂੰ ਇਹ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਠੱਗੀ ਹੋ ਜਾਣੀ ਆ ਫਿਰ ਤੁਸੀਂ ਜਾ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਕਿਉਂ ਨਹੀਂ ਕਰਦੇ ਕਹਿੰਦੇ ਪੁਲਿਸ ਵੀ ਉੱਥੇ ਖੜੀ ਹੁੰਦੀ ਹੈ ਹੈ ਤੇ ਮੈਂ ਕਿਹਾ ਫਿਰ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਕਹਿੰਦੇ ਪੁਲਿਸ ਇਹ ਗੱਲ ਕਹਿੰਦੀ ਪਹਿਲਾਂ ਕੋਈ ਲਿਖਤੀ ਤੌਰ ਦੇ ਉੱਤੇ ਦੇਵੇ ਕੋਈ ਸ਼ਿਕਾਇਤ ਕਰੇ ਤੇ ਮੈਂ ਕਿਹਾ ਕੋਈ ਸ਼ਿਕਾਇਤ ਕਿਉਂ ਨਹੀਂ ਕਰਦਾ ਕਹਿੰਦੇ ਵੀ ਕਈ ਪਿੰਡਾਂ ਦੇ ਲੋਕਾਂ ਨੂੰ ਪੈਸੇ ਮਿਲੇ ਵੀ ਆ ਅਗਲਾ ਕਹਿੰਦਾ ਵੀ ਜੇ ਸ਼ਿਕਾਇਤ ਕਰਤੀ ਤਾਂ ਮੇਰੇ ਵੀ ਡੁੱਬ ਜਾਣੇ ਆ ਇਸ ਕਰਕੇ ਸਾਰੇ ਲੋਕ ਆ ਨਾ ਜਿਹੜੇ ਉਹ ਇਸ ਵਕਤ ਆਪਦੇ ਸਵਾਰਥ ਦੇ ਨਾਲ ਜੁੜੇ ਹੋਏ ਆ ਉਹ ਇਹ ਨਹੀਂ ਸੋਚਦੇ ਵੀ ਦੁਨੀਆ ਦੀ ਕੋਈ ਵੀ ਬੈਂਕ ਆ ਜਿਹੜੀ ਉਹ ਇਸ ਤਰੀਕੇ ਨਾਲ 21 ਦਿਨਾਂ ਦੇ ਵਿੱਚ 30 ਦਿਨਾਂ ਦੇ ਵਿੱਚ ਪੈਸੇ 4 5 6 ਕਰਕੇ ਨਹੀਂ ਦਿੰਦੀ ਰਿਜ਼ਰਵ ਬੈਂਕ ਆਫ ਇੰਡੀਆ ਦਾ ਵੀ ਇਹੋ ਜਿਹਾ ਸਿਧਾਂਤ ਹੈ ਨੀਗਾ ਜੀ ਪੰਜਾਬ ਦੇ ਵਿੱਚ ਜੇ ਕਿਸੇ ਬੈਂਕ ਦੇ ਵਿੱਚ ਜਾ ਕੇ ਐਫ ਡੀ ਕਰਵਾਉਣਾ ਸਵਾ 5% ਜਾਂ 5.5% ਮਸਾਂ ਵਿਆਜ ਮਿਲਦਾ ਤੇ ਜੇਕਰ ਉੱਥੇ ਤੁਹਾਨੂੰ ਇੰਨਾ ਮਿਲਦਾ ਤੇ ਹੈਰਾਨੀ ਦੀ ਗੱਲ ਹੈ ਵੀ ਜੇਕਰ ਪੁਲਿਸ ਵਾਲਿਆਂ ਨੇ ਕਾਰਵਾਈ ਕਰਨੀ ਹੋਵੇ ਤਾਂ ਕੋਲੋਂ 3000 ਰੁਪਏ ਦੇ ਦੇਣ ਹੂੰ ਨਾਲ ਦੀ ਨਾਲ ਫਾਰਮ ਭਰਨ ਬਾਅਦ ਦੇ ਵਿੱਚ ਬਣਦੀ ਕਾਰਵਾਈ ਕਰਨ ਨਾਲੇ ਜਿਹੜਾ ਬੰਦਾ ਇਹ ਕੁਝ ਕਰ ਰਿਹਾ ਨਾ ਜਿਹੜਾ ਬਾਬਾ ਬਣ ਕੇ ਇਹ ਪਹਿਲਾਂ ਪਰਲ ਕੰਪਨੀ ਦੇ ਵਿੱਚ ਰਿਹਾ ਤੇ ਪਰਲ ਕੰਪਨੀ ਨੇ ਜੋ ਕੁਝ ਕੀਤਾ ਆਪਾਂ ਜਾਣਦੇ ਹੀ ਆ ਉਹ ਭੰਗੂ ਹੋਰਾਂ ਵਾਲੀ ਪਰਲ ਕੰਪਨੀ अच्छा जी पर ਗੱਲ ਇਹ ਟਣਾ ਸਾਹਿਬ ਵੇਖੋ ਇਹਦੇ ਚ ਬਾਬੇ ਦਾ ਵੀ ਕੀ ਦੋਸ਼ ਮਤਲਬ ਮੈਂ ਕਿਸੇ ਦਾ ਪੱਖ ਨਹੀਂ ਪੂਰਾ ਹੀ ਪਰ ਜਦ ਬੰਦਾ ਆਪ ਹੀ ਜਾ ਕੇ ਕਹਿ ਰਿਹਾ ਆ ਬੈਲ ਮuje ਮਾਰ ਤੇ ਫਿਰ ਇਹਦੇ ਚ ਕਿਸੇ ਦਾ ਕੀ ਦੋਸ਼ ਹੁਣ ਜੇ ਮੈਂ ਕਹਿ ਦਵਾਂ ਜਾਂ ਤੁਸੀਂ ਕਹਿ ਦੋ ਕਿ ਪੈਸੇ ਮੈਨੂੰ ਦੋ ਜੀ ਪਰ ਲਿਖ ਕੇ ਦੋ ਕਿ ਤੁਸੀਂ ਇਹ ਪੈਸੇ ਜਿਹੜੇ দান ਕਰ ਰਹੇ ਹੋ ਮੁੜ ਕੇ ਕੋਈ ਵੀ ਕਾਰਵਾਈ ਨਹੀਂ ਕਰੋਗੇ ਤੇ ਇਹ ਪੈਸੇ ਜੇ ਮੇਰਾ ਦਿਲ ਕਰੂਗਾ ਤਾਂ ਮੈਂ ਮੋੜ ਦੂੰ ਨਹੀਂ ਤਾਂ ਨਹੀਂ ਮੋੜੂ ਤੇ ਫਿਰ ਤਾਂ ਪੈਸੇ ਦੇਣ ਵਾਲੇ ਤੇ ਵੀ ਤਾਂ ਮੂਰਖਤਾ ਹੀ ਹੈ ਨਾ ਇਹ ਇਹਦੇ ਚ ਮੇਰੀ ਤੁਹਾਡੀ ਤਾਂ ਕੋਈ ਗਲਤੀ ਨਹੀਂ ਅਸਤਾ ਪਹਿਲੇ ਹੀ ਹੱਥ ਵਢਾ ਰਹੇ ਆ ਲਿਖਾ ਰਹੇ ਆ ਤੇ ਫਿਰ ਇਹਦੇ ਚ ਆਪਾਂ ਉਹਨੂੰ ਗਲਤ ਇਸ ਕਰਕੇ ਮੈਂ ਹੋਰ ਦੱਸਦਾ ਮੰਨ ਲਓ ਵੈਸੇ ਤਾਂ ਹੋਣਾ ਹੀ ਆ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਜਦੋਂ ਪੈਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਖੜੇ ਹੋ ਜਾਣੇ ਨੋਟ ਉਸ ਤੋਂ ਬਾਅਦ ਦੇਣੇ ਔਖੇ ਹੋ ਜਾਣੇ ਆ ਜਾਂ ਤਾਂ ਫਿਰ ਇਹ ਉਤਰ ਦਿੱਤਾ ਜਾਊਗਾ ਵੀ ਤੁਸੀਂ ਆਪ ਹੀ ਲਿਖ ਕੇ ਦਿੱਤਾ ਵੀ ਪਾਠ ਕਰਾਉਣ ਨਹੀਂ ਦਿੱਤੇ ਆ ਤੇ ਜੇਕਰ ਤੁਸੀਂ ਰੌਲਾ ਪਾਉਂਗੇ ਤਾਂ ਫਿਰ ਇਹਦੇ ਨਾਲ ਗੁਰਦੁਆਰੇ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਣਦਾ ਨਹੀਂ ਕਿ ਇਸ ਵਕਤ ਬਾਕੀ ਧਾਰਮਿਕ ਸੰਸਥਾਵਾਂ ਨੂੰ ਸੁਣਦਾ ਨਹੀਂ ਜੇਕਰ ਕੱਲ ਨੂੰ ਇੱਥੇ ਕੋਈ ਨਾ ਕੋਈ ਧੋਖਾਧੜੀ ਹੋ ਜਾਂਦੀ ਹੈ ਕੋਈ ਫਰਾਡ ਹੋ ਜਾਂਦਾ ਤੇ ਬਾਅਦ ਦੇ ਵਿੱਚ ਲੋਕ ਇੱਥੇ ਭੜਕੇ ਹੋਏ ਆਉਣਗੇ ਤੇ ਫਿਰ ਆਪਾਂ ਕਵਾਂਗੇ ਜੀ ਕਿ ਸਿਧਾਂਤਾਂ ਦੇ ਉਲਟ ਗੱਲ ਹੋ ਗਈ ਆ ਤੇ ਇੱਥੇ ਤਾਂ ਮर्यादा ਦੀ ਉਲੰਘਣਾ ਹੋ ਗਈ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੀ ਵੇਲੇ ਸਿਰ ਜਾਗਣਾ ਚਾਹੀਦਾ ਈਲ ਪਿੱਛੋ ਕੇ ਤੰਬਾ ਫੂਕਣਾ ਬਿਲਕੁਲ ਸਹੀ ਨਾਲ ਦੀ ਨਾਲ ਜਿਹੜੀ ਪੰਚਾਇਤ ਹੋਏਗੀ ਪਿੰਡ ਦੀਆਂ ਉੱਥੇ ਕੋਈ ਕਾਉਂਸਲਰ ਹੋਏਗਾ ਕੋਈ ਵੀ ਕਿ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ ਗੁਰਦੁਆਰਾ ਸਾਹਿਬ ਹੈ ਕੋਈ ਬੈਂਕ ਥੋੜੀ ਹੈ ਜਿੱਥੇ ਉੱਥੇ ਪੈਸਿਆਂ ਦਾ ਲੈਣ ਦੇਣ ਹੋਊਗਾ ਤੇ ਕੋਈ ਵੀ ਆ ਕੇ ਬਹਿ ਜਾਵੇ ਤਾਂ ਕਵੇ ਪੈਸੇ ਦੁਗਣੇ ਕਰਾ ਲਓ ਉਹਨਾਂ ਨੂੰ ਵੀ ਚਾਹੀਦਾ ਵੀ ਅਗਲੇ ਨੂੰ ਕਹਿਣ ਭਾਈ ਆਪਣੇ ਘ ਤੁਹਾਡਾ ਸਭ ਕੁਝ ਨਹੀਂ ਕਰ ਸਕਦਾ ਹੈ ਨਾ ਬਾਅਦ ਵਿੱਚ ਜੋ ਅਸੀਂ ਫੇਰ ਹੋਰ ਸਵਾਲ ਖੜੇ ਕਰਾਂਗੇ ਹੋਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਅਸੀਂ ਪਹਿਲਾਂ ਕਿਉਂ ਨਹੀਂ ਸੋਚਦੇ ਵੀ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਗਲਤ ਆ ਤੇ ਨਹੀਂ ਹੋਣ ਦੇਣਾ ਚਾਹੀਦਾ ਬਿਲਕੁਲ ਸਹੀ ਸੋਣਾ ਸਾਬ ਜੇਕਰ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਕਿ ਬਹੁਤ ਸਿਖਰ ਦੇ ਉੱਪਰ ਹੈ ਭਖਿਆ ਹੋਇਆ ਹੈ ਔਰ ਇਸ ਵੇਲੇ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਵੀ ਇਸ ਅੰਦੋਲਨ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਨਾ ਜੀ ਉਹ ਆਪਣੇ ਖੇਤੀ ਕਾਨੂੰਨ ਦੇ ਵਿੱਚ ਆਪ ਹੀ ਉਲਝ ਸਕਦੀ ਹੈ ਜੇਕਰ ਉਹਨਾਂ ਨੂੰ ਉਸ ਨੁਕਤੇ ਦੇ ਉੱਤੇ ਘੇਰਿਆ ਜਾਵੇ ਤਾਂ ਹੁਣ ਤੁਹਾਨੂੰ ਚੇਤੇ ਹੋਣਾ ਵੀ ਇਸ ਖੇਤੀ ਕਾਨੂੰਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਖੁੱਲੀ ਮੰਡੀ ਆ ਪੂਰਾ ਭਾਰਤ ਤੁਸੀਂ ਆਪਣੀ ਕਣਕ ਆਪਣਾ ਝੋਨਾ ਆਪਣਾ ਨਰਮਾ ਆਪਣੀ ਮੱਕੀ ਜਿੱਥੇ ਮਰਜ਼ੀ ਲਿਜਾ ਕੇ ਵੇਚ ਸਕਦੇ ਹੋ ਪੰਜਾਬ ਦਾ ਕਿਸਾਨ ਗੁੜਗਾਓਂ ਵੀ ਵੇਚ ਸਕਦਾ ਗੁੜਗਾਓਂ ਵਾਲਾ ਜਿਹੜਾ ਉਹ ਜਾ ਕੇ ਦਿੱਲੀ ਵੱਲ ਵੀ ਵੇਚ ਸਕਦਾ ਮਤਲਬ ਇਹਦਾ ਇਹ ਨਿਕਲਿਆ ਕਿ ਦਿੱਲੀ ਵਾਲਾ ਜਾ ਕੇ ਤੇ ਕਲਕੱਤੇ ਵੀ ਵੇਚ ਸਕਦਾ ਜੇਕਰ ਉਹਦੀ ਮਰਜ਼ੀ ਹੋਵੇ ਤਾਂ ਜਿੱਧਰ ਉਹਨੂੰ ਮਰਜ਼ੀ ਆ ਉਹਦਾ ਟਰੈਕਟਰ ਸਿੱਧਾ ਕਰ ਲੋ ਪਰ ਇਹਦਾ ਅਰਥ ਇਹ ਵੀ ਤਾਂ ਨਿਕਲਿਆ ਵੀ ਰਾਜਸਥਾਨ ਦੇ ਵਿੱਚ ਭੁੱਕੀ ਦੀ ਖੇਤੀ ਹੁੰਦੀ ਆ ਉਥੇ ਅਫੀਮ ਦੀ ਖੇਤੀ ਹੁੰਦੀ ਆ ਉਥੋਂ ਵੀ ਫਿਰ ਕਿਸਾਨ ਆ ਜਿਹੜੇ ਉਹ ਜਿਹੜੇ ਖੇਤੀ ਕਰਦੇ ਆ ਉਹ ਆਪਦੀ ਟਰਾਲੀ ਲੈ ਕੇ ਤੇ ਆਪਦੀ ਫਸਲ ਲੈ ਕੇ ਤੇ ਪੰਜਾਬ ਦੇ ਵੱਲ ਆ ਸਕਦੇ ਆ ਇਹਦਾ ਅਰਥ ਇਹ ਵੀ ਤਾਂ ਹੋਇਆ ਕਿ ਰਾਜਸਥਾਨ ਦੇ ਵਿੱਚ ਜੇਕਰ ਨਸ਼ੇ ਦੀ ਖੇਤੀ ਕਰਨ ਦੀ ਆਗਿਆ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਉੱਥੇ ਤਾਂ ਨਸ਼ਾ ਹੈ ਨਹੀਂਗਾ ਤੇ ਪੰਜਾਬ ਦੇ ਵਿੱਚ ਉਹਨੂੰ ਨਸ਼ਾ ਮੰਨਿਆ ਜਾਂਦਾ ਫਿਰ ਜੇਕਰ ਤੁਸੀਂ ਇਸ ਕਾਨੂੰਨ ਦੇ ਮਤਲਬ ਮੁਤਾਬਕ ਖੁੱਲੀ ਮੰਡੀ ਕਰਤੀ ਆ ਨਾ ਫਿਰ ਤੁਹਾਨੂੰ ਇਹ ਵੀ ਕਰਨਾ ਪੈਣਾ ਵੀ ਜਿਹੜੀ ਉੱਥੋਂ ਦੀ ਫਸਲ ਆ ਜਿਹੜਾ ਉੱਥੋਂ ਦਾ ਨਸ਼ਾ ਜਿਹੜਾ ਪੋਸਤਾ ਜਿਹੜੀ ਭੁੱਕੀ ਆ ਉਹ ਕਿਤੇ ਵੀ ਲਿਜਾਈ ਜਾਵੇ ਇਹਨੂੰ ਅਸੀਂ ਨਸ਼ਾ ਨਹੀਂ ਮੰਨਾਂਗੇ ਇਸ ਨੁਕਤੇ ਨੂੰ ਵੀ ਚੁੱਕਣਾ ਚਾਹੀਦਾ ਕੇਂਦਰ ਦੀ ਸਰਕਾਰ ਆਪੇ ਘਿਰ ਜਾਣੀ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਸ ਬਾਰੇ ਤਾਂ ਕਿਸੇ ਦਾ ਮੈਨੂੰ ਲੱਗਦਾ ਇਸ ਵਾਰ ਖਿਆਲ ਹੀ ਨਹੀਂ ਗਿਆ ਇਹ ਗੱਲ 100% ਦੀ ਸੱਚੀ ਹੈ ਕਿ ਅੱਗੇ ਜਿੱਥੇ ਕਦੀ ਬਾਰਡਰ ਤੇ ਰੋਕ ਲਿਆ ਜਾਂਦਾ ਕਦੇ ਹੋਰ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਨੇ ਇਹ ਖਬਰਾਂ ਵੀ ਆਉਣੋਂ ਬੰਦ ਹੋ ਜਾਣਗੀਆਂ ਕਿਉਂਕਿ ਜੇ ਖੁੱਲੀ ਮੰਡੀ ਆ ਤਾਂ ਕੋਈ ਵੀ ਕਿਤੇ ਵੀ ਜਾ ਕੇ ਕੁਝ ਵੀ ਵੇਚ ਸਕਦਾ ਇੱਕ ਪੱਤਰਕਾਰ ਨੇ ਇੱਕ ਭਾਜਪਾ ਆਗੂ ਨੂੰ ਸਵਾਲ ਕੀਤਾ ਇਹੀ ਉਹ ਕਹਿੰਦੇ ਜੀ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਮੈਂ ਬਿਲਕੁਲ ਮੰਨਦੇ ਆ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋਣਾ ਚਾਹੀਦਾ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਕਹਿੰਦੇ ਇਹ ਮੰਨਦੇ ਆ ਵੀ ਰਾਜਸਥਾਨ ਦੇ ਵਿੱਚ ਨਸ਼ੇ ਦੀ ਖੇਤੀ ਹੋ ਰਹੀ ਆ ਕਹਿੰਦੇ ਬਿਲਕੁਲ ਮੰਨਦੇ ਆ ਉਹ ਗਲਤ ਆ ਪਰ ਕਹਿੰਦੇ ਵੀ ਤੁਹਾਡੇ ਕਾਨੂੰਨ ਦੇ ਮੁਤਾਬਕ ਹੀ ਖੁੱਲੀ ਮੰਡੀ ਹੋ ਜਾਣੀ ਆ ਤੁਸੀਂ ਚਾਹੁੰਦੇ ਆ ਵੀ ਭਾਈ ਇੱਥੇ ਆ ਕੇ ਸਾਰਾ ਉਹ ਨਸ਼ਾ ਵਿਕੇ ਇੱਥੇ ਪੋਸਟ ਦੀ ਕਿਲਤ ਬਹੁਤ ਆ ਇੱਥੇ ਜਿਹਨੂੰ ਵੀ ਚਾਹੀਦਾ ਜਿੰਨਾ ਚਾਹੀਦਾ ਉਹ ਮੰਡੀ ਦੇ ਵਿੱਚ ਜਾ ਕੇ ਵਿਕੇ ਤੇ ਗੱਲ ਖਤਮ ਕਹਿੰਦਾ ਸਾਡਾ ਮਤਲਬ ਐ ਥੋੜੀ ਆ ਅਸੀਂ ਇਉਂ ਨਹੀਂ ਚਾਹੁੰਦੇ ਅਸੀਂ ਪੰਜਾਬ 'ਚ ਨਸ਼ਾ ਥੋੜੀ ਵਾੜਨਾ ਅਸੀਂ ਪੰਜਾਬ ਨੂੰ ਥੋੜੀ ਮਾਰਨਾ ਉਹ ਕਹਿੰਦੇ ਰਾਜਸਥਾਨ ਮਰ ਗਿਆ ਇਹਦਾ ਮਤਲਬ ਹੂੰ ਰਾਜਸਥਾਨ ਦਾ ਆਪਾ ਨੁਕਸਾਨ ਕਰ ਗਏ ਕੀ ਉਹ ਭਾਰਤ ਦਾ ਹਿੱਸਾ ਨਹੀਂ ਹੂੰ ਜਾਂ ਤਾਂ ਇਹ ਕਹੋ ਵੀ ਖੁੱਲੀ ਮੰਡੀ ਦਾ ਅਰਥ ਇਹ ਆ ਵੀ ਜਿਹੜੀ ਵੀ ਤੁਸੀਂ ਖੇਤੀ ਕੀਤੀ ਆ ਕਿਉਂਕਿ ਉਹ ਕਾਨੂੰਨੀ ਤਰੀਕੇ ਨਾਲ ਹੀ ਕੀਤੀ ਹੈ ਨਾ ਕਿਸੇ ਨੇ ਚੋਰੀ ਤਾਂ ਕੀਤੀ ਨਹੀਂ ਚੋਰੀ ਦੇ ਵਜਤਾ ਤੁਸੀਂ ਫੀਮ ਦੇ ਚਾਰ ਬੂਟੇ ਲਾ ਲਓ ਤੁਹਾਡਾ ਪੱਗਾ ਪੈ ਜਾਣਾ ਪਰ ਉੱਥੇ ਕਿਸਾਨਾਂ ਨੂੰ ਆਗਿਆ ਮਿਲੀ ਹੋਈ ਹੈ ਵੀ ਤੁਸੀਂ ਇੰਨੇ ਖੇਤਰ ਦੇ ਵਿੱਚ ਕਰ ਸਕਦੇ ਹੋ ਫਿਰ ਤੁਸੀਂ ਮੰਨੋ ਵੀ ਭਾਈ ਉਧਰਲਾ ਵੀ ਇੱਧਰ ਸਮਾਨ ਆ ਸਕਦਾ ਜੇਕਰ ਇੱਧਰਲਾ ਉਧਰ ਜਾ ਸਕਦਾ ਤਾਂ ਬਿਲਕੁਲ ਸਹੀ ਗੱਲ ਹੈ ਫਿਰ ਇਹਦੇ ਹਿਸਾਬ ਦੇ ਨਾਲ ਤਾਂ ਟਾਣਾ ਸਾਹਿਬ ਹੋਰ ਬਹੁਤ ਸਾਰੇ ਸੂਬੇ ਨੇ ਜਿੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਹ ਵੀ ਫਿਰ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬ ਵੱਲ ਨੂੰ ਪੰਜਾਬੋਂ ਕਿਸੇ ਹੋਰ ਥਾਂ ਵੱਲ ਨੂੰ ਤੇ ਫਿਰ ਤਾਂ ਆ ਜਾ ਸਕਦੀਆਂ ਨੇ ਬਿਲਕੁਲ ਸਹੀ ਗੱਲ ਹੈ ਤੇ ਇੱਕ ਹੋਰ ਬੇਨਤੀ ਕਰਨੀ ਬ ਵੀ ਇਸ ਵਕਤ ਨਾਲ ਤੁਹਾਨੂੰ ਬਹੁਤ ਹੀ ਪਿਆਰ ਤੇ ਸਤਕਾਰ ਦੇ ਵਿੱਚ ਰਹਿਣਾ ਚਾਹੀਦਾ ਬਹੁਤ ਹੀ ਆਪਣੀ ਸਾਂਝ ਨੂੰ ਪੀੜੀ ਕਰਕੇ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਕਿ ਤੁਹਾਡੇ ਇਸ ਅੰਦੋਲਨ ਨੂੰ ਤਾਰਪੀਡੋ ਕਰਨੀਆਂ ਕੋਸ਼ਿਸ਼ਾਂ ਕਰ ਰਹੀਆਂ ਜਿਨ੍ਹਾਂ ਨੇ ਵਿੱਚ ਵੰਡੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਕਰਤਾ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਖੋ-ਵੱਖਰੀਆਂ ਸੁਰਾਂ ਹੁਣ ਆਲਾਪ ਰਹੀਆਂ ਕੋਈ ਇਹ ਗੱਲ ਕਹਿਣਾ ਜੀ ਕਿ ਅਸੀਂ ਤਾਂ ਚੱਕਲੇ ਰੇਲਵੇ ਟਰੈਕ ਦੇ ਉੱਤੋਂ ਆਪਣੇ ਧਰਨੇ ਕੋਈ ਇਹ ਗੱਲ ਕਹਿਣਾ ਵੀ ਧਰਨੇ ਤਾਂ ਅਸੀਂ ਲਗਾਤਾਰ ਅੱਗੇ ਤੋਂ ਅੱਗੇ ਵਧਾਉਣੇ ਆ ਕਿਉਂਕਿ ਕੇਂਦਰ ਦੀ ਸਰਕਾਰ ਨੂੰ ਅਸੀਂ ਮਨਾਉਣਾ ਕੋਈ ਇਹ ਕਹਿ ਰਿਹਾ ਕਿ ਆਪਾਂ ਕਣਕ ਦੀ ਬਜਾਈ ਕਰ ਲਈਏ ਬਾਅਦ ਦੇ ਵਿੱਚ ਫੇਰ ਧਰਨੇ ਲਾ ਲਾਂਗੇ ਸਭ ਦੇ ਆਪੋ ਆਪਣੇ ਵਿਚਾਰ ਬਣੇ ਪਏ ਆ ਸੋ ਜਿਹੜੇ ਵੀ ਲੋਕ ਇਸ ਵਕਤ ਧਰਨੇਆਂ ਮੁਜਾਰਿਆਂ ਦੇ ਉੱਤੇ ਬੈਠੇ ਆ ਸੱਚੇ ਦਿਲੋਂ ਬੈਠੇ ਆ ਸ਼ਰਾਰਤੀ ਨਹੀਂ ਉਹਨਾਂ ਦੇ ਮਨ ਦੇ ਵਿੱਚ ਖੇਤ ਅਤੇ ਖੇਤੀ ਬਚਾਉਣ ਦੀ ਜੇਕਰ ਚਿੰنگਾ ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਵੀ ਆਪਣਾ ਏਕਾ ਟੁੱਟਣ ਨਹੀਂ ਦੇਣਾ ਚਾਹੀਦਾ ਜੀ ਇਹਦੇ ਨਾਲ ਹੀ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਜ਼ਰੂਰ ਇੱਕ ਬੇਨਤੀ ਕਰਨੀ ਬਣਦੀ ਹੈ ਕਿ ਚਾਹੇ ਅਸੀਂ ਕਿਸਾਨੀ ਦੇ ਨਾਲ ਸਿੱਧੇ ਸਿੱਧੇ ਤੌਰ ਦੇ ਉੱਪਰ ਨਾ ਜੁੜੇ ਹੋਈਏ ਚਾਹੇ ਸਾਡੇ ਕਾਰੋਬਾਰ ਹੋਰ ਹੋਣ ਪਰ ਫਿਰ ਵੀ ਇਸ ਵੇਲੇ ਸਾਨੂੰ ਕਿਸਾਨਾਂ ਦਾ ਦਰਦ ਜਿਹੜਾ ਉਹ ਸਮਝਣਾ ਚਾਹੀਦਾ ਹੈ ਤੇ ਜੋ ਵੀ ਸਰਕਾਰਾਂ ਦੇ ਵੱਲੋਂ ਭੰਡਿਆ ਜਾ ਰਿਹਾ ਹੈ ਕਿਸਾਨਾਂ ਨੂੰ ਲੈ ਕੇ ਕਦੀ ਕਹਿ ਦਿੰਦੇ ਕਿਸਾਨ ਹਮਲੇ ਕਰ ਰਹੇ ਨੇ ਕਦੀ ਕਹਿ ਦਿੰਦੇ ਨੇ ਕਿ ਕਿਸਾਨ ਜਿਹੜੇ ਇਹਨਾਂ ਦੇ ਇਹ ਧਰਮ ਦੇ ਉੱਪਰ ਬੈਠੇ ਇਸ ਲਈ ਕੋਲਾ ਮੁੱਕ ਜਾਊਗਾ ਕਦੇ ਕੁਛ ਕਦੇ ਕੁਛ ਅਸੀਂ ਹਰ ਗੱਲ ਦੀ ਪਹਿਲਾਂ ਛਾਣਬੀਨ ਚੰਗੀ ਤਰ੍ਹਾਂ ਕਰੀਏ ਉਹਦੇ ਬਾਰੇ ਵਿੱਚ ਪੂਰੀ ਜਾਣਕਾਰੀ ਹਾਸਲ ਕਰੀਏ ਬਾਅਦ ਵਿੱਚ ਕੋਈ ਵੀ ਸੱਟ ਦੇ ਉੱਪਰ ਨਿਕਲੀਏ ਇਸ ਵੇਲੇ ਸਾਨੂੰ ਕਿਸਾਨਾਂ ਦੇ ਦਰਦ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਹੌਲੀ-ਹੌਲੀ ਇਹ ਅੱਗ ਸਾਡੀਆਂ ਰਸੋਈਆਂ ਤੱਕ ਸਾਡੇ ਘਰਾਂ ਤੱਕ ਸਾਡੀਆਂ ਥਾਲੀਆਂ ਤੱਕ ਵੀ ਪਹੁੰਚਣੀ ਹੈ ਇੱਕ ਬੇਨਤੀ ਹੋਰ ਹੈ ਵੀ ਜਦੋਂ ਵੀ ਤੁਹਾਨੂੰ ਨੇਤਾ ਸਮਝਾਉਣ ਆਉਣ ਕਿ ਖੇਤੀ ਕਾਨੂੰਨ ਤਾਂ ਬਹੁਤ ਲਾਹੇਵੰਦੇ ਆ ਨਾਲ ਦੀ ਨਾਲ ਹੀ ਸਵਾਲ ਕਰ ਲਿਆ ਕਰੋ ਵੀ ਜਿਹੜੀ ਰਾਜਸਥਾਨ ਚ ਖੇਤੀ ਹੁੰਦੀ ਹੈ ਕੀ ਉਧਰੋਂ ਵੀ ਮੰਡੀ ਆ ਜਿਹੜੀ ਜਦੋਂ ਖੁੱਲੀ ਹੋਊਗੀ ਤੇ ਪੰਜਾਬ ਦੇ ਵਿੱਚ ਵਿਕਰੀ ਹੋ ਸਕਦੀ ਆ ਕੀ ਉਹਨੂੰ ਆਪਾਂ ਗੈਰਕਾਨੂੰਨੀ ਤਾਂ ਨਹੀਂ ਮੰਨਾਂਗੇ ਕਿਉਂਕਿ ਜੇਕਰ ਗੈਰਕਾਨੂੰਨੀ ਆ ਤਾਂ ਫਿਰ ਤੁਸੀਂ ਮੰਡੀ ਦੀ ਗੱਲ ਖੁੱਲੀ ਦੀ ਕਿਵੇਂ ਕਰਦੇ ਆ ਤੇ ਜੇਕਰ ਤੁਸੀਂ ਕੋਈ ਇਹਦੇ ਵਿੱਚ ਹੋਰ ਟਿਕੜਮ ਰੱਖਿਆ ਤਾਂ ਉਹਦੇ ਬਾਬਤ ਵੀ ਸਾਹਮਣੇ ਬਹਿ ਕੇ ਜਾਣਕਾਰੀ ਲਓ ਬਿਲਕੁਲ ਸਹੀ ਜੰਝ ਦਾ ਵਿਚਾਰ ਹਰਮਨ ਜੀ ਤੁਹਾਨੂੰ ਚੇਤੇ ਆ ਵੀ ਇੱਕ ਵਾਰੀ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਜੀ ਵੀ ਧਾਰਮਿਕ ਥਾਵਾਂ ਦੇ ਉੱਤੇ ਸੋਨਾ ਥੱਪਣ ਦੇ ਨਾਲੋਂ ਇਸ ਵਕਤ ਮਨੁੱਖਤਾ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਜ਼ਰੂਰੀ ਹੈ। ਬਿਲਕੁਲ ਅਸੀਂ ਇਹ ਵੀ ਗੱਲ ਕਹੀ ਸੀ ਵੀ ਜਿਹੜੇ ਵੇਲਿਆਂ ਦੇ ਵਿੱਚ ਸੋਨੇ ਦੀ ਗੱਲ ਚੱਲਦੀ ਸੀ ਉਦੋਂ ਜ਼ਿੰਦਗੀ ਦੇ ਪੱਦਰ ਹੋਰ ਸੀ ਉਦੋਂ ਸਮੱਸਿਆਵਾਂ ਹੋਰ ਸੀ ਅੱਜ ਪੰਜਾਬ ਜਿਹੜੇ ਹਾਲਾਤ ਨੂੰ ਪਹੁੰਚ ਗਿਆ ਇਸ ਵਕਤ ਸਾਡੀ ਜਿਹੜੀ ਸਿੱਖੀ ਹੈ ਇਹ ਫਲਸਫੇ ਦੀ ਇਹ ਸਿਧਾਂਤ ਦੀ ਗੱਲ ਕਰਦੀ ਆ ਸਿੱਖੀ ਨੂੰ ਮਹਿੰਗੀ ਕਰਨ ਦੀ ਲੋੜ ਨਹੀਂ ਸਿੱਖੀ ਨੂੰ ਸਿਧਾਂਤਾਂ ਦੇ ਮੁਤਾਬਕ ਅੱਗੇ ਵਧਾਉਣਾ ਚਾਹੀਦਾ ਇਹ ਆਪਾਂ ਗੱਲ ਕਹੀ ਪਰ ਉਸ ਤੋਂ ਬਾਅਦ ਕਈ ਸੱਜਣਾ ਨੇ ਅਪ ਸ਼ਬਦਾਂ ਦੀ ਵੀ ਵਰਤੋਂ ਕੀਤੀ ਗਾਲ ਦੁੱਪੜ ਵੀ ਕੱਢੇ ਲੈ ਤੁਸੀਂ ਆ ਗਏ ਹੁਣ ਸੋਨੇ ਦੀ ਗੱਲ ਕਰਨ ਆਲੇ ਤੁਸੀਂ ਤਾਂ ਕਾਮਰੇਡ ਹੁੰਨੇ ਆ ਤੁਸੀਂ ਤਾਂ ਫਲਾਨੇ ਹੁੰਨੇ ਆ ਗੱਲ ਇਹ ਨਹੀਂ ਅਸਲ ਦੇ ਵਿੱਚ ਗੱਲ ਕੋਈ ਕਾਮਰੇਡ ਹੋਵੇ ਕੋਈ ਅਕਾਲੀ ਦਲ ਦਾ ਨਮਾਇੰਦਾ ਹੋਵੇ ਕੋਈ ਕਾਂਗਰਸੀ ਹੋਵੇ ਕੋਈ ਆਪ ਵਾਲਾ ਹੋਵੇ ਤਾਂ ਨੁਕਤਾ ਹੀ ਨਹੀਂ ਨੁਕਤਾ ਤਾਂ ਇਹ ਆ ਵੀ ਜਿਹੜੀ ਸਾਡੀ ਸਿੱਖੀ ਆ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਸਾਡੇ ਰਾਹ ਦਸਰੇ ਆ ਕਿ ਉਹ ਸਾਨੂੰ ਇਹਨਾਂ ਛੰਗੜ ਮੰਗਣਾ ਵਾਸਤੇ ਕਹਿੰਦੇ ਆ ਜਾਂ ਬੰਦਾ ਬੰਦੇ ਦੇ ਕੰਮ ਆਵੇ ਤੇ ਮਨੁੱਖਤਾਰੀ ਸੇਵਾ ਦੀ ਬਾਤ ਸਮਝਾਉਂਦੇ ਆ ਜੀ ਬਿਲਕੁਲ ਸਹੀ ਹੁਣ ਇਹ ਗੱਲਾਂ ਨੇ ਜਿਹੜੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਹੀ ਆ ਹੁਣ ਮੇਰੀ ਇਸ ਗੱਲ ਦੇ ਉੱਤੇ ਫੇਰ ਕਿਸੇ ਦੇ ਪਿੱਤ ਨਿਕਲਣੀ ਆ ਵੀ ਲੈ ਉਹਨਾਂ ਦੀ ਗੱਲ ਕਰਤੀ ਆ ਪਰ ਇਹ ਗੱਲ ਕਰਨ ਵਾਲੀ ਆ ਜੋ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਗੱਲ ਕਹਤੀ ਆ ਉਹ ਕਹਿੰਦੇ ਵੀ ਜਿਵੇਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਗੁਰਦੁਆਰਾ ਸਾਬਾਨ ਬਣਿਆ ਹੂੰ ਉਹਦੇ ਲਈ ਕਿਸੇ ਸਰਕਾਰ ਨੇ ਮਦਦ ਤਾਂ ਨਹੀਂ ਕੀਤੀ ਉਹ ਅਸੀਂ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੱਢ ਕੇ ਖਰਚ ਖਰਚ ਕੇ ਦਾਨ ਕਰ ਕਰਕੇ ਸੰਗਮ ਵਰਬਰੀ ਬਣਾਇਆ ਜੀ ਪਰ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਆਪੋ ਆਪਣੇ ਪਿੰਡ ਨੂੰ ਵੀ ਦਾਨ ਦੇਣਾ ਸ਼ੁਰੂ ਕਰ ਦਈਏ ਤਾਂ ਕੱਲਾ ਕੱਲੇ ਪਿੰਡ ਦਾ ਸਕੂਲ ਆ ਜਿਹੜਾ ਕੱਲਾ ਕੱਲਾ ਉਹ ਸਮਾਰਟ ਸਕੂਲ ਬਣ ਸਕਦਾ ਜੀ ਬਣ ਸਕਦਾ ਸਾਨੂੰ ਕਿਸੇ ਸਰਕਾਰ ਦੇ ਵੱਲ ਟੇਕ ਰੱਖਣ ਦੀ ਲੋੜ ਨਹੀਂ ਪੈਂਦੀ ਇਹਦਾ ਕੀ ਕਾਰਨ ਆ ਵੀ ਜੇਕਰ ਅੱਜ ਕਿਸੇ ਥਾਂ ਤੇ ਮੰਦਰ ਗੁਰਦੁਆਰਾ ਮਸਜਿਦ ਗਿਰਜਾ ਘਰ ਬਣਾ ਨਾ ਹੋਵੇ ਤਾਂ ਉੱਥੇ ਅਸੀਂ ਕਰੋੜ ਰੁਪਇਆ ਇਕੱਠਾ ਕਰ ਲੈਣੇ ਆ ਤੇ ਜੇਕਰ ਸਕੂਲ ਦੀ ਛੱਤ ਲੱਗਦੀ ਹੋਵੇ ਤਾਂ ਉੱਥੇ ਅਸੀਂ 2 ਲੱਖ ਰੁਪਈਆ ਵੀ ਨਹੀਂ ਇਕੱਠਾ ਕਰਦੇ ਸੋ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਉਹ ਤਾਂ ਨਕਮੀਆਂ ਹੈਗੀਆਂ ਉਹਨਾਂ ਦੇ ਤਾਂ ਏਜੰਡੇ ਦੇ ਵਿੱਚ ਹੀ ਇਹ ਗੱਲਾਂ ਸ਼ਾਮਲ ਹੈ ਨਹੀਂ ਪਰ ਸਾਡੇ ਤਾਂ ਮਨੁੱਖ ਹੋਣ ਦੇ ਨਾਤੇ ਇਹ ਫਰਜ਼ ਬਣਦੇ ਆ ਕਿ দান ਦੀ ਦਿਸ਼ਾ ਕਿਵੇਂ ਬਦਲਨੀ ਤੇ দান ਕਿੱਥੇ ਦੇਣਾ ਟੇਣਾ ਸਾਹਿਬ ਆਪਾਂ ਪਹਿਲਾਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਈ ਵਾਰ ਕਰ ਚੁੱਕੇ ਆ ਕਿ ਸਾਨੂੰ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਵੀ ਜੇ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਨਾ ਤੇ ਉਹ ਅੱਗੇ ਵੀ ਨਹੀਂ ਕਰਨਗੀਆਂ ਉਹਨਾਂ ਕੋਲ ਸਿਰਫ ਤੇ ਸਿਰਫ ਲਾਰੇ ਹੀ ਨੇ ਜਿਹੜੇ ਕਿ ਉਹ ਹਰ ਵਾਰ ਲਗਾਉਂਦੇ ਨੇ ਤਾਂ ਅਸੀਂ ਉਹਨਾਂ ਲਾਰਿਆਂ ਦੇ ਵਿੱਚ ਫਸ ਕੇ ਵੋ ਤੇ ਫਿਰ ਬਾਅਦ ਚੋਂ 5 ਸਾਲ ਭੁਗਤਦੇ ਆਂ ਸੋ ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ ਵੀ ਇਸ ਵੇਲੇ ਲੋੜ ਜਿਹੜੀ ਉਹ ਲਾਇਬ੍ਰੇਰੀਆਂ ਦੀ ਹੈ ਸਕੂਲਾਂ ਦੀ ਹੈ ਡਿਸਪੈਂਸਰੀਆਂ ਦੀ ਹੈ ਕਿਉਂਕਿ ਇਹ ਉਹ ਥਾਵਾਂ ਨੇ ਜਿੱਥੇ ਹਰੇਕ ਬੰਦੇ ਨੇ ਜਾਣਾ ਹੈ ਲਾਇਬ੍ਰੇਰੀ ਦੇ ਵਿੱਚ ਹਰ ਪੜਨ ਵਾਲਾ ਬੰਦਾ ਜਾਏਗਾ ਸਕੂਲ ਦੇ ਵਿੱਚ ਹਰ ਪੜਨ ਵਾਲਾ ਅੱਗੇ ਵਧਣ ਵਾਲਾ ਬੰਦਾ ਜ਼ਰੂਰ ਜਾਏਗਾ ਡਿਸਪੈਂਸਰੀ ਦੀ ਲੋੜ ਹਰ ਘਰ ਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਦਵਾਈ دارو ਦੇ ਲਈ ਜਾਂ ਕਿਤੇ ਕਹਿ ਲੋ ਵੀ ਨੇਰੇ ਸਵੇਰੇ ਕਿਤੇ ਲੋੜ ਪੈਗੀ ਉਦੋਂ ਉਸ ਡਿਸਪੈਂਸਰੀ ਦੀ ਲੋੜ ਪੈਗੀ ਪੈਗੀ ਸੋ ਸਾਨੂੰ ਪਹਿਲਾਂ ਤਾਂ ਸੋਚਣਾ ਪਏਗਾ ਦਿਮਾਗ ਦੇ ਸਾਰੇ ਕੁੰਡੇ ਬਾਰੀਆਂ ਖੋਲ ਕੇ ਕਿ ਅਸਲ ਲੋੜ ਕਿੰਨਾ ਚੀਜ਼ਾਂ ਦੀ ਹੈ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਿਖਾਉਂਦੇ ਨੇ ਤੇ ਸਾਨੂੰ ਕਿਹੜਾ ਰਾਹ ਦਿਖਾਉਂਦੇ ਨੇ ਤੇ ਉਹਦੇ ਤੇ ਸਾਨੂੰ ਤੁਰਨਾ ਚਾਹੀਦਾ ਗੱਲ ਕੱਲੇ ਟੱਡਰੀਆਂ ਵਾਲਿਆਂ ਦੀ ਨਹੀਂ ਜੀ ਇਹ ਗੱਲ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਹਿਣੀ ਚਾਹੀਦੀ ਹੈ ਬਿਲਕੁਲ ਵੀ ਭਾਈ ਗੁਰਦੁਆਰਾ ਸਹਿਬਾਨ ਬਹੁਤ ਬਣ ਗਏ ਆ ਇਸ ਵਕਤ ਸਾਨੂੰ ਦਾਨ ਆ ਜਿਹੜਾ ਉਹ ਦੇਣਾ ਚਾਹੀਦਾ ਸਕੂਲਾਂ ਦੇ ਲਈ ਤੇ ਡਿਸਪੈਂਸਰੀਆਂ ਦੇ ਲਈ ਇਹ ਗੱਲ ਭਾਈ ਗਵਿੰਨ ਸਿੰਘ ਲੋਂਗੋਵਾਲ ਨੂੰ ਵੀ ਕਹਿਣੀ ਚਾਹੀਦੀ ਹੈ ਇਹ ਜਿਹੜੀ ਗੱਲ ਹੈ ਵੱਖ-ਵੱਖ ਤਸਲਾਂ ਦੇ ਮੁਖੀਆਂ ਨੂੰ ਵੀ ਕਹਿਣੀ ਚਾਹੀਦੀ ਹੈ ਇਹ ਗੱਲ ਵੱਖ-ਵੱਖ ਹੋਰ ਸੰਸਥਾਵਾਂ ਦੇ ਆਗੂਆਂ ਨੂੰ ਵੀ ਕਹਿਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਸਾਡਾ ਸਾਰਿਆਂ ਦਾ ਮਸਲਾ ਸਾਡਾ ਸਭ ਦਾ ਸਾਂਝਾ ਟੈਣਾ ਸਾਹਿਬ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੀ ਹਾਂ ਮੈਨੂੰ ਪਤਾ ਨਹੀਂ ਉਹਦੇ ਬਾਰੇ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਜੇ ਮੈਂ ਗਲਤ ਹੋਈ ਤਾਂ ਮੈਨੂੰ ਟੋਕ ਵੀ ਦਿਓ ਕੀ ਕਿਸੇ ਵੀ ਪਿੰਡ ਦੇ ਵਿੱਚੋਂ ਕਿਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਜਾਂ ਕਿਤੋਂ ਵੀ ਧਾਰਮਿਕ ਸਥਾਨ ਤੋਂ ਕੋਈ ਵੀ ਧਾਰਮਿਕ ਜਗ੍ਹਾ ਹੋਵੇ ਉੱਥੋਂ ਕੀ ਇਹ ਬਿਆਨ ਆਇਆ ਕਿ ਕਿਸਾਨ ਇਸ ਵੇਲੇ ਜਿਹੜੇ ਹਾਲਾਤਾਂ ਦੇ ਵਿੱਚ ਹੈ ਕਿਤੇ ਨਾ ਕਿਤੇ ਕਿਸਾਨ ਹੀ দান ਦਿੰਦੇ ਨੇ ਤੇ ਤਾਂ ਹੀ ਇਹ ਧਾਰਮਿਕ ਥਾਂ ਜਿਹੜੇ ਨੇ ਉਹ ਅੱਗੇ ਤੋਂ ਅੱਗੇ ਵੱਧਦੇ ਨੇ ਹਨਾ ਹਰ ਆਮ ਬੰਦਾ ਜਿਹੜਾ ਉੱਥੇ ਨਤਮਸਤਕ ਹੁੰਦਾ ਜਾ ਕੇ ਕਿ ਕਿਸੇ ਵੀ ਧਾਰਮਿਕ ਕਮੇਟੀ ਨੇ ਇਹ ਗੱਲ ਕਹੀ ਹੈ ਵੀ ਕਿਸਾਨਾਂ ਦੇ ਉੱਪਰ ਇਸ ਵੇਲੇ ਬਹੁਤ ਮਾੜਾ ਸਮਾਂ ਚੱਲ ਰਿਹਾ ਹੈ ਤੇ ਕਿਸਾਨ ਡਟੇ ਰਹਿਣ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਨ ਇਹਨਾਂ ਦੀ ਰੋਟੀ ਪਾਣੀ ਜਿਹੜੀ ਆ ਉਹ ਅਸੀਂ ਚਾਲੂ ਰੱਖਾਂਗੇ ਿਕੜ-ਦੁੱਕੜ ਸੰਸਥਾਵਾਂ ਨੇ ਹਰਮਨਜੀਤ ਇਹ ਗੱਲ ਕਹੀ ਹੈ ਪਰ ਬਹੁਤ ਗਣੇ ਗੱਲ ਨਹੀਂ ਕਹੀ ਜੀ ਦੇਖੋ ਜਿਹੜੇ ਵੀ ਲੋਕ ਨਾ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਚਾਕੇ ਬੋਰਾ ਜਾਂ ਤੁਰ ਪੈਂਦੇ ਆ ਵੀ ਭਾਈ ਇਹਨਾਂ ਦੇ ਕੋਲੋਂ ਆਪਾਂ ਇੱਕ ਬੁਰੀ ਕਣਕ ਦੀ ਲੈਣੀ ਆ ਤੇ ਇਹਨਾਂ ਦੇ ਕੋਲੋਂ ਆਪਾਂ ਅੱਧਾ ਗੱਟਾ ਲੈ ਕੇ ਜਾਣਾ ਤੇ ਇਹਨਾਂ ਦੇ ਕੋਲੋਂ ਅਸੀਂ 40 ਕਿਲੋ ਕਣਕ ਲੈਣੀ ਆ ਉਹ ਤਾਂ ਖੇਤ ਦੇ ਹਿਸਾਬ ਨਾਲ ਮੰਗਣ ਲੱਗ ਜਾਂਦੇ ਆ ਤੇ ਹੁਣ ਖੇਤਾਂ ਨੂੰ ਖਤਰਾ ਪੈਦਾ ਹੋਇਆ ਤੁਸੀਂ ਰੋਟੀ ਬਣਾ ਕੇ ਲਿਆਓ ਬਿਲਕੁਲ ਤੁਸੀਂ ਹੁਣ ਤੱਕ ਲਿਆ ਹੀ ਆ ਚਲੋ ਦਿਓ ਹੁਣ ਮੋੜੋ ਬਿਲਕੁਲ ਤੁਸੀਂ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਇਹ ਵੀ ਤਾਂ ਡਰ ਮੰਨ ਦੇ ਵਿੱਚ ਹੈ ਨਾ ਵੀ ਉਹਨਾਂ ਨੇ ਵੀ ਬੱਚੇ ਪੜਾਉਣੇ ਨੇ ਅੱਗੇ ਵਧਾਉਣੇ ਨੇ ਪਰਿਵਾਰ ਦੇ ਖਰਚੇ ਤੋੜਨੇ ਨੇ ਰੋਟੀ ਪਾਣੀ ਖਾਣਾ ਇਹ ਸਾਰੇ ਡਰ ਜਿਹੜੇ ਨੇ ਜੇਕਰ ਉਹ ਦੂਰ ਹੋ ਜਾਣਗੇ ਤਾਂ ਉਹ ਆਪਣੇ ਆਪ ਆਪਣਾ ਮਕਸਦ ਜਿਹੜਾ ਉਹ ਪੂਰਾ ਕਰ ਲੈਣਗੇ ਤੇ ਕੀ ਕੋ ਵੀ ਤੁਸੀਂ ਕੋਈ ਗੱਲ ਨਹੀਂ ਡਟੇ ਰਹੋ ਤੁਹਾਡੀ ਗੱਲ ਆਪਣੀ ਥਾਂ ਤੇ ਬਿਲਕੁਲ ਸਹੀ ਹੈ ਤੁਹਾਡੀ ਪਿੱਠ ਪਿੱਛੇ ਅਸੀਂ ਖੜੇ ਹਾਂ ਤੁਹਾਡਾ ਰੋਟੀ ਪਾਣੀ ਤੁਹਾਡੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਜਿੰਨਾ ਹੋ ਸਕੂਗਾ ਅਸੀਂ ਕਰਾਂਗੇ ਪਰ ਘਬਰਾਇਓ ਨਾ ਇੱਕ ਮੇਰੀ ਬੇਨਤੀ ਪੱਤਰਕਾਰ ਭਰਾਵਾਂ ਨੂੰ ਵੀ ਹੈ ਦੇਖੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਸਾਰਿਆਂ ਦਾ ਸਤਿਕਾਰ ਕਰਨਾ ਵੀ ਚਾਹੀਦਾ ਜੀ ਪੱਤਰਕਾਰੀ ਦੀ ਇੱਕ ਬਹੁਤ ਵੱਡੀ ਡਿਊਟੀ ਐ ਇੱਕ ਬਹੁਤ ਵੱਡੀ ਪੱਤਰਕਾਰ ਦੀ ਜ਼ਿੰਮੇਵਾਰੀ ਆ ਪਰ ਨਾ ਨਾਸਾਂ ਦੇ ਵਿੱਚ ਜਾ ਕੇ ਐਵੇਂ ਮਾਈਕ ਤੁੰਨੀ ਜਾਂਦੇ ਆ ਵੀ ਧਰਨੇ ਦੇ ਉੱਤੇ 5000 ਬੰਦਾ ਬੈਠਾ ਹੁੰਦਾ ਉੱਥੇ 4-5 ਕਲਾਕਾਰ ਆ ਜਾਂਦੇ ਤੇ ਆਪਾਂ ਇਹ ਗੱਲ ਮਹਿਸੂਸ ਕਰਨ ਲੱਗ ਜਾਂਦੇ ਆ ਵੀ ਇਹਨਾਂ ਇਹਨਾਂ ਦੀ ਗੱਲਬਾਤ ਕਰ ਲੈਣੇ ਆ ਜਿਹੜਾ ਅਖੀਰ ਦੇ ਉੱਤੇ ਬੈਠਾ ਹੁੰਦਾ ਨਾ ਜਿਹਦੇ ਪੈਰ ਨੰਗੇ ਹੁੰਦੇ ਆ ਪੈਰਾਂ ਦੀਆਂ ਅੱਡੀਆਂ ਪਾਟੀਆਂ ਜਿਹੜੀਆਂ ਜਿਹਦੇ ਹੱਥਾਂ ਦੇ ਵਿੱਚ ਵੀ ਵਿਆਹੀਆਂ ਬਣੀਆਂ ਉਹਦੀ ਵੀ ਕਦੇ ਇੰਟਰਵਿਊ ਲਾਓ ਜੀ ਲੋੜ ਇਸ ਵਕਤੇ ਇਸ ਗੱਲ ਦੀ ਨਹੀਂ ਕਿ ਫਲਾਣਾ ਕਲਾਕਾਰ ਫਲਾਣੇ ਧਰਨੇ 'ਚ ਗਿਆ ਉਹਨੇ ਤਾਂ ਠੋਕ ਦਿੱਤੀ ਮੰਜੀ ਉਹਨੇ ਤਾਂ ਕਰ ਦਿੱਤਾ ਇਉਂ ਹੁਣ ਪਉਤ ਖਲਾਰਾ ਉਹਨੇ ਕਹਤਾ ਜੀ ਮੈਂ ਤਾਂ ਖੜਕਾਰੂ ਦਿੱਲੀ ਦੇ ਵੱਲ ਇੱਟ ਦੇ ਨਾਲ ਇੱਟ ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਨਾ ਉਹਦੇ ਨਾਲੋਂ ਆਪਾਂ ਹਕੀਕੀ ਪੱਤਰਕਾਰੀ ਕਰਨੇ ਵੱਲ ਵੀ ਖਿਆਲ ਕਰਗੇ ਮੇਰਾ ਜੀ ਕਰਦਾ ਵੀ ਕਿਸੇ ਦਿਨ ਨਾ ਇਦਾਂ ਦੇ ਧਰਨੇ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਜਿਹੜੇ ਲੋਕਾਂ ਦੇ ਨਾਲ ਕਿਸੇ ਨੇ ਗੱਲਬਾਤ ਨਹੀਂ ਕੀਤੀ ਬਿਲਕੁਲ ਉਹਨਾਂ ਬੀਬੀਆਂ ਦੇ ਨਾਲ ਜਿਹੜੀਆਂ ਕਿ ਦੋ ਦੋ ਚਾਰ ਚਾਰ ਮਹੀਨਿਆਂ ਦੇ ਬੱਚੇ ਲੈ ਕੇ ਉੱਥੇ ਬੈਠੀਆਂ ਨੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਜਿਨ੍ਹਾਂ ਦੀ ਆਪਣੀ ਉਮਰ 10 12 ਸਾਲ ਦੀ ਹੈ ਪਰ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਤੋਂ ਸਿੱਧੇ ਹੋ ਕੇ ਤੁਰਿਆ ਤਾਂ ਨਹੀਂ ਜਾਂਦਾ ਪਰ ਆਪਣੇ ਹੱਕਾਂ ਦੇ ਲਈ ਆਪਣੇ ਸੱਚ ਦੇ ਲਈ ਉੱਥੇ ਬੈਠੇ ਨੇ ਉਹਨਾਂ ਨਾਲ ਗੱਲ ਕਰਨੀ ਬਿਲਕੁਲ ਜੀ ਤੇ ਅਸੀਂ ਧੰਨਵਾਦ ਕਰਦੇ ਆਂ ਜੀ ਆ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਸੱਚ ਕਿਹਾ ਤੇ ਬੇਨਤੀ ਹੈ ਸਾਡੀ ਹੱਥ ਜੋੜ ਕੇ ਵੀ ਭਾਵੇਂ ਉਹਨਾਂ ਨੂੰ ਮੰਨੋ ਜਾਂ ਸਾਡੀ ਗੱਲ ਮੰਨੋ ਜਾਂ ਕਿਸੇ ਹੋਰ ਦੀ ਮੰਨੋ ਜਾਂ ਨਾ ਮੰਨੋ ਪਰ ਤੁਹਾਨੂੰ ਇਸ ਵਕਤ ਦਿਸਦਾ ਤਾਂ ਹੈ ਹੀ ਨਾ ਅੱਖਾਂ ਤਾਂ ਮਹਾਰਾਜ ਨੇ ਸਭ ਨੂੰ ਦਿੱਤੀਆਂ ਵੀ ਭਾਈ ਇਸ ਵਕਤ ਕਿੱਥੇ ਦਾਨ ਦੇਣ ਦੀ ਲੋੜ ਆ ਆਪੋ ਆਪਣੇ ਪਿੰਡ ਦੇ ਵਿੱਚ ਸਕੂਲ ਗਲੀਆਂ ਨਾਲੀਆਂ ਦਾ ਕੰਮ ਆਪਾਂ ਹੀ ਕਰਨਾ ਸ਼ੁਰੂ ਕਰ ਦੇਗੇ ਸਰਪੰਚੀ ਦੀਆਂ ਚੋਣਾਂ ਕਿਵੇਂ ਜਿੱਤੀਆਂ ਜਾਂਦੀਆਂ ਕਿਵੇਂ ਗਰੰਟਾ ਆਉਂਦੀਆਂ ਕੀ ਹੋ ਜਾ ਹਾਲ ਹੁੰਦਾ ਆਪਾਂ ਤਾਂ ਗਲੀਆਂ ਨਾਲੀਆਂ ਚੋਂ ਹੀ ਨਿਕਲੇ ਨਾਲੀ ਬਣਵਾ ਦੇਾਂਗੇ ਜੀ ਮੈਨੂੰ ਸਰਪੰਚ ਬਣਾ ਦਿਓ ਗਲੀ ਬਣਵਾ ਦੇਾਂਗੇ ਜੀ ਮੈਨੂੰ ਸਰਪੰਚ ਬਣਾ ਦਿਓ ਆ ਲਾਟੂ ਜੇ ਲਵਾ ਦੇਾਂਗੇ ਜੀ ਸਟਰੀਟ ਲਾਈਟ ਮੈਨੂੰ ਸਰਪੰਚ ਬਣਾ ਦਿਓ ਇਹਨਾਂ ਗੱਲਾਂ ਦੇ ਵਿੱਚੋਂ ਬੌਧਕ ਪੱਧਰ ਦੇ ਉੱਤੇ ਆਪਾਂ ਉੱਤੇ ਉੱਠ ਗਏ ਬਿਲਕੁਲ ਜੱਜ ਦਾ ਵਿਚਾਰ ਹਰਮਨਜੀਤ ਟਰੰਪ ਐਡਾ ਇਲਤੀ ਬੰਦਾ ਮੈਂ ਤਾਂ ਹੈਰਾਨ ਰਹਿ ਗਿਆ ਤੁਸੀਂ ਤਾਂ ਐ ਕਹਿਨੋ ਜਿਵੇਂ ਇਕੱਠੇ ਪੜਦੇ ਰਹੇ ਉਹਨੇ ਉਹ ਇਕੱਠੇ ਪੜਨ ਵਾਲੀ ਗੱਲ ਨਹੀਂ ਮੈਂ ਤਾਂ ਜਿੱਕ ਤੇ ਮੈਂ ਇਕੱਠੇ ਪੜਦੇ ਹੁੰਦੇ ਬਈ ਦੂਰ ਬੈਂਚ ਕਰ ਲੈਣਾ ਸੀ ਕਿਉਂ ਕਿਉਂਕਿ ਇਲਤੀ ਬਹੁਤ ਆ ਅੱਛਾ ਉਹ ਜੋ ਸੈਂਡਫੋਰਟ ਦੇ ਵੱਲ ਗਿਆ ਇੱਕ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਅੱਛਾ ਜੀ ਉੱਥੇ ਜਾ ਕੇ ਨੱਚਣ ਲੱਗ ਪਿਆ ਕਿਉਂ ਅੰਗਰੇਜ਼ੀ ਦਾ ਗਾਣਾ ਸੀ ਮੈਨੂੰ ਹੁਣ ਪੂਰਾ ਤੜੀ ਸਮਝ ਆਇਆ ਪਰ ਮੈਨੂੰ ਜਿਹੜਾ ਆਉਂਦਾ ਮੈਂ ਉਹ ਕਹਿੰਦਾ ਕੀ ਕੀ ਡੂ ਯੂ ਲਵ ਮੀ ਐ ਕਰ ਲੱਗ ਗਿਆ ਉੱਥੇ ਐਂਜ ਕਰਕੇ ਇਦਾਂ अच्छा मतलब गाना होर सी गाना आप अपने हिसाब ਨਾਲ ਬਦਲ ਲਿਆ ਅੰਗਰੇਜ਼ੀ ਚ ਸੀ ਨਾ ਤੇ ਜਿਹੜਾ ਮੈਨੂੰ ਅੰਗਰੇਜ਼ੀ ਆਉਂਦਾ ਫਿਰ ਮੈਂ ਉਹ ਕਹਿਤਾ ਲੋ ਜੀ ਕਹਿੰਦੇ ਵੀ 트াম্প ਸਾਹਿਬ ਆ ਜਿਹੜੇ ਨਾ ਉਹ ਤਾਂ ਬਾਗੋ ਬਾਗ ਹੋ ਗਏ ਕਹਿੰਦੇ ਵੀ ਇੰਨਾ ਵੱਡਾ ਕੱਟ ਹਮ ਇੰਨਾ ਵੱਡਾ ਕੱਟ ਮੇਰੀ ਇੰਨੀ ਹਰਮਨ ਪਿਆਰਤਾ ਕੀ ਬਾਤ ਕਹਿੰਦੇ ਵੀ ਸੈਂਡਫੋਰਡ ਦੇ ਲੋਕਾਂ ਨੂੰ ਉਹਨੇ ਐਂ ਕਰੀ ਗਏ ਬਸ ਐਂ ਕਿਆ ਬਾਤ ਹੈ ਉਹਨਾਂ ਨੂੰ ਆਪਣੇ ਤੇ ਵਿਸ਼ਵਾਸ ਨਹੀਂ ਸੀ ਕਿ ਲੋਕਾਂ ਤੇ ਇੱਕ ਹੋਰ ਗੱਲ ਕਹਿਤੀ ਮੈਂ ਕਿਹਾ ਜੇ ਕਿਤੇ ਇੱਥੇ ਕਈ ਹੁੰਦੀ ਤਾਂ ਪੌੜਾ ਪੈ ਜਾਣਾ ਕਹਿੰਦਾ ਜੀ ਮੈਂ ਕਰੋਨਾ ਦੇ ਵਿੱਚੋਂ ਉੱਭਰ ਕੇ ਆਇਆ ਮੈਂ ਬਹੁਤ ਤਾਕਤਵਰ ਮਹਿਸੂਸ ਕਰਦਾ ਮੇਰਾ ਜੀ ਕਰਦਾ ਇੱਥੇ ਹਾਜ਼ਰ ਹੋਏ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਚੁੰਮ ਲਾਂ ਤੇ ਮੈਂ ਕਿਹਾ ਜੇ ਕਿਤੇ ਇੱਥੇ ਕਿਹਾ ਹੋਵੇ ਕਿਸੇ ਦੇਤਾ ਨਹੀਂ ਤੇ ਸਾਹਮਣੇ ਬੀਬੀਆਂ ਨੇ ਕਹਿਣਾ ਤੇਰੇ ਘਰੇ ਪੈਣ ਪਰਿਆ ਹੈ ਨਹੀਂ ਤੇਰੇ ਘਰੇ ਧੀ ਪੈਣ ਹੈ ਨਹੀਂ ਇਹਨੂੰ ਨਹੀਂ ਵੋਟ ਪਾਉਣੀ ਕੰਜਰ ਨੂੰ ਨਹੀਂ ਨਹੀਂ ਪਰ ਜਿਹੜਾ ਇੰਨਾ ਉਹ ਭੀੜ ਵੇਖ ਕੇ ਗਦਗਦ ਹੋਏ ਨੇ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਸੀ ਕਿ ਲੋਕਾਂ ਦੇ ਨਹੀਂ ਸੀ ਵੀ ਹੋਣਗੇ ਅਸਲ ਦੇ ਵਿੱਚ ਗੱਲ ਇਹ ਆ ਜੀ ਹੁਣ ਟਰੰਪ ਹੋਰਾਂ ਨੂੰ ਤਜਰਬਾ ਹੈਗਾ ਵੀ ਉਹ ਕੀ ਪਤਾ ਹੁਣ ਜਦੋਂ ਇੱਥੋਂ ਸਿੱਖ ਕੇ ਗਏ ਵੀ ਕੱਟ ਕਿਵੇਂ ਕੀਤਾ ਹੋ ਮੈਨੂੰ ਤਾਂ ਇਹ ਵੀ ਨਹੀਂ ਪਤਾਗਾ ਪਰ ਗੱਲ ਇਹ ਆ ਵੀ ਉਹ ਬਾਗੋ-ਬਾਗ ਵਾਲਾ ਹੋਗੇ ਤੁਸੀਂ ਡਾਂਸ ਦੇ ਉਹਨਾਂ ਦੇ ਅੰਦਾਜ਼ ਦੇਖਣੇ ਸੀ ਐ ਲੱਤਾਂ-ਨੁੱਤਾ ਕਰਦੀਆਂ ਪੂਰਾ ਮਾਈਕਲ ਜੈਕਸਨ ਨੂੰ ਪਛਾਣ ਜਾਂਦੇ ਸੀ ਐ ਹਾਏ ਹਾਏ ਕੀ ਬਾਤ ਹੈ ਟਾਣਾ ਸਾਹਿਬ ਇਹ ਤਾਂ ਕਮਾਲ ਹੋ ਗਈ ਪੱਪਾ ਤੇ ਨੱਚਣਾ ਹੁੰਦਾ ਸੀ ਨਾ ਉਹ ਐਂਜ ਕਰਕੇ ਐਂਜ ਪੈਰ ਦੀ ਛੀਟ ਕੇ ਜੀ ਕੋਈ ਆਏ ਜੇ ਐ ਮੈਨੂੰ ਲੱਗਦਾ ਮੈਂ ਥੋੜੀ देर ਹੋਰ ਉਹਨਾਂ ਬਾਰੇ ਗੱਲ ਕਰਦ ਲਈ ਤੁਸੀਂ ਉੱਠ ਕੇ ਨੱਚ ਲਾਈ ਜਾਣਾ ਮੈਂ ਨੱਚ ਕੇ ਦਿਖਾਉਂਦਾ ਸਰਦਾਰ ਜਿਹੜਾ ਕੈਮਰਾ ਨਹੀਂ ਮਾਣਾ ਕੀ ਬਾਤ ਹੈ ਪਰ ਗੱਲ ਇਹ ਆ ਵੀ ਹੁਣ ਸਿਰੇ ਦੇ ਉੱਤੇ ਇਹ ਅਮਰੀਕਾ ਦੀ ਆ ਉਹ ਚੋਣ ਮੁਹੰਮ ਪਹੁੰਚੀ ਹੋਈ ਆ ਲਗਾਤਾਰ ਪ੍ਰਦਰਸ਼ਨ ਰੈਲਗੰਡਾ سلسلہ جاری ਆ ਤੇ ਬਸ ਚੱਲੀ ਜਾਂਦਾ ਦੇਖੋ ਕੀ ਬਣਦਾ ਦੇਖਣਾ ਹੋਏਗਾ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਐਤ ਕੀ ਨਹੀਂ ਗੱਲ ਬਣਨੀ ਟਰੰਪ ਹੋਰਾਂ ਦੀ ਬਹੁਤ ਸਾਰੇ ਕਹਿੰਦੇ ਆ ਵੀ ਬਣ ਜਾਣੀ ਐ ਦੇਖਦੇ ਆ ਤੁਹਾਡੀ ਗੱਲ ਸੱਚੀ ਸਾਫ਼ ਹੈ ਕਿ ਬਾਈਡਨ ਨੇ ਜਿਹੜੇ ਉਹ ਵੀ ਕਾਫੀ ਮੁਕਾਬਲਾ ਕਰ ਰਹੇ ਆ ਪਰ ਕਹਿੰਦੇ ਵੀ ਤਿੱਖੇ ਮੁਕਾਬਲੇ ਦੇ ਵਿੱਚ ਜੇਕਰ ਨਿਰਪੱਖ ਸੋਚਿਆ ਜਾਵੇ ਕਹਿੰਦੇ ਵੀ ਟਰੰਪ ਦਾ ਹਾਲ ਦੀ ਘੜੀ ਕਹਿੰਦੇ ਆ ਵੀ ਪਲੜਾ ਭਾਰੀ ਆ ਨਾ ਹੋਵੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਕਹਿੰਦੇ ਆ ਭਾਰੀ ਮੈਂ ਕਿਹੜਾ ਪੀਆਰ ਲੈਣੀ ਹਾਂ ਹਾਂ ਕੜਾ ਸਾਹ ਜੀ ਵਿਆਹ ਹੋਇਆ ਕਿਤੇ ਭੁਵਨੇਸ਼ਵਰ ਚ ਵਜੇ ਵਜੇ ਪੂੰ 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 ਕੋ ਮੇਰੇ ਯਾਰ ਕੀ ਸ਼ਾਦੀ ਹੈ ਹਾਂ ਤੁਸੀਂ ਐ ਕਹਿ ਰਹੇ ਜਿਵੇਂ ਨਾਲ ਬਰਾਤੇ ਗਏ ਉਹਨੇ ਵਿਆਹ ਦੇ ਵਿੱਚ ਗਾਰੇ ਗੁਣੇ ਐਂ ਚੱਲਦੇ ਹੁੰਦੇ ਆ ਨਾ ਇਹ ਸਭ ਚੱਲਦੇ ਹੁੰਦੇ ਆ ਉਹਦਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ ਬਲਕਾਰ ਸਿੱਧੂ ਚੱਲਦਾ ਫਿਰ ਹਾਂ ਚੱਲਦਾ ਬਿਲਕੁਲ ਆ ਕੀਤਾ ਹਰ ਪਾਸੇ ਚੱਲਦਾ ਤੇ ਪਰ ਗੱਲ ਇਹ ਹੈ ਵੀ ਇਹ ਵਿਆਹ ਤਾਂ ਹੋਇਆ ਹੀ ਹੋਇਆ ਪਰ ਉਸ ਤੋਂ ਬਾਅਦ ਕਿਤੇ ਦਾਵਤ ਦਿੱਤੀ ਅਗਲੇ ਆ ਨੇ ਦਾਵਤ ਜਿਹਦੇ ਕੋਲੇ ਪੈਸੇ ਆ ਨਾ ਹਰਮਨ ਜੀ ਉਹ ਨਹੀਂ ਟਲਦਾ ਜਿੰਨਾ ਮਰਜ਼ੀ ਕਹਿ ਲਿਗੇ ਵੀ ਭਾਈ ਫालतू ਪੈਸੇ ਨਾ ਖਰਚ ਕਰੋ ਕੁਝ ਘੰਟਿਆਂ ਦੇ ਨੰਬਰ ਬਣਾਉਣ ਦੀ ਖਾਤਰ ਐਵੇਂ ਨਾ ਆਪਦਾ ਝੁੱਗਾ ਚੌੜ ਕਰਾਓ ਪਰ ਲੋਕ ਕਿੱਥੇ ਮੰਨਦੇ ਆ ਮੈਂ ਤਾਂ ਕਦੇ-ਕਦੇ ਹੈਰਾਨ ਹੁੰਨੇ ਨੇ ਜਿਹੜ ਉਹਨੂੰ ਪਤਾ ਨਹੀਂ ਵੱਧ ਪੈਸੇ ਮਿਲਦੇ ਕਿਹ ਗੱਲ ਵਿੱਚੋਂ ਬਿਲਕੁਲ ਭੂਪੜੇ ਦੇ ਚ ਫੂਕ ਮਾਰਦਾ ਨਾ ਬੰਦੇ ਡਰਾ ਦਿੰਦਾ ਜੀ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਇੱਕ ਹੋਰ ਹੁੰਦੇ ਨਾ ਜਿਹੜੇ ਸ਼ੇਣੇ ਜਿਹਾ ਹਾਂ ਮੈਂ ਉਹੀ ਕਹਿਣ ਲੱਗਾ ਉਹਨਾਂ ਨੇ ਕਹਿੰਦਾ ਯਾਰ ਕੀ ਸ਼ਾਦੀ ਹੈ ਮੇਰੇ ਯਾਰ ਕੀ ਸ਼ਾਦੀ ਹੈ ਆ ਚੱਕ ਲੈ ਚੱਕ ਯਾਰ ਕੀ ਸ਼ਾਦੀ ਹੈ ਬਿਲਕੁਲ ਸਹੀ ਪਰ ਜਿਹੜੇ ਵਿਆਹ ਦੀ ਮੈਂ ਗੱਲ ਕਰ ਰਹੀ ਆ ਵੱਖਰੀ ਦਾਵਤ ਸੀਟ ਹੈ ਨਾ ਸਭ ਵੱਖਰੀ ਕੀ ਮਤਲਬ ਬਹੁਤ ਵੱਡੇ ਵੱਡੇ ਮੰਤਰੀ ਆਏ ਸੀ ਮੈਂ ਉਹ ਨਹੀਂ 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 ਤਹਿਣਾ ਸਾਹਿਬ ਉਹ ਵੱਡੇ ਵੱਡੇ ਬਹੁਤ ਕੋਈ ਤਕੜੇ ਬੰਦੇ ਆਏ ਹੋਣੇ ਆ ਨਹੀਂ 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 ਦੀਪਾ ਸਦਿੰਗਾ ਉਹ ਨਹੀਂ ਤਹਿਣਾ ਸਾਹਿਬ ਪੀਅਰ ਲੀਡਰਸ ਆ ਗਨਾ ਉਹ ਨਹੀਂ ਉਹ ਕੋਈ ਮੈਂ ਤੁਸੀਂ ਕੀ ਪਤਾ ਹੁੰਦਾ ਵੱਡੇ ਬੰਦੇ ਦੀਆਂ ਵੱਡੀਆਂ ਗੱਲਾਂ ਉਹ ਨਹੀਂ ਡਾਣਾ ਸਾਹਿਬ ਪਹਿਲਾਂ ਮੈਂ ਤੁਹਾਨੂੰ ਬੀਬੀ ਤੇ ਬੰਦਰਾ ਨਾਂ ਦੱਸਦਾ ਜਿਨ੍ਹਾਂ ਦਾ ਵਿਆਹ ਹੋਇਆ ਹੈ ਜੇ ਤਾਂ ਕੋਈ ਅੰਗਰੇਜ਼ ਹਾਂ ਫਿਰ ਤਾਂ ਕੋਈ ਪੁੱਠੀ ਸਿੱਧੀ ਗੱਲ ਕੀਤੀ ਹੋਣੀ ਹੈ ਪੱਕਾ ਅੱਛਾ ਜੀ ਨਾਂ ਤੋਂ ਹਿਸਾਬ ਲਾ ਲਿਓ ਜਿਹੜੇ ਇਹ ਦੋਵੇਂ ਮੀਆਂ ਬੀਬੀ ਨਹੀਂ ਇਹਨਾਂ ਦਾ ਨਾਂ ਹੈ ਯੂਰੇਕਾ ਆਪਟਾ ਤੇ ਜੋਆਨਾ ਵੈਂਕ ਹਾਂ ਯੂਰੇਕਾ ਆਪਟਾ ਸਾਹਿਬ ਤੇ ਹੋਰ ਕੌਣ ਨੇ ਜੋਆਨਾ ਵੈਂਕ ਜੋਆਨਾ ਵੈਂਕ ਜੀ ਜੀ ਇਹਨਾਂ ਨੇ ਵਿਆਹ ਕੀਤਾ ਡਾਣਾ ਸਾਹਿਬ ਪੂਰੇ 1 ਨਹੀਂ 2 ਨਹੀਂ 10 ਨਹੀਂ 20 ਨਹੀਂ 50 ਨਹੀਂ 100 ਨਹੀਂ ਹਾਂ 200 ਨਹੀਂ 400 ਨਹੀਂ ਹਾਂ 500 ਹਾਂ ਕੁੱਤਿਆਂ ਨੂੰ ਦਾਵਤ ਦਿੱਤੀ ਇਹਨੂੰ ਕਹਿੰਦੇ ਖੂਸ਼ ਉਹਦਾੂ ਖਬਰ ਮੈਂ ਐਵੇਂ ਸਾਰਾ ਜ਼ੋਰ ਲਾਤਾ ਉਹ ਆਏ ਵਾਈਦਾ ਪਾਪੜੂ ਆਏ ਵਾਈਦਾ ਚੜੇ ਵੀੜ ਗਏ ਸੀ ਹਾਂ ਕੁੱਤਿਆਂ ਨੂੰ ਦਾਵਤ ਦੇਖੋ ਬੇਜ਼ੁਬਾਨ ਦੀ ਕਦਰਤਾ ਕਰਦੇ ਆ ਪਰ ਇਹ ਤੁਸੀਂ ਖਬਰ ਕਾਹ ਤੋਂ ਲੈ ਕੇ ਆਂਦੀ ਨਹੀਂ ਮਤਲਬ ਮੇਰੇ ਮਾਂਚੇ ਵਿਚਾਰ ਆਏ ਵੀ ਉਹਦੇ ਭਵਨੇਸ਼ਵਰ ਦੇ ਵਿੱਚ ਉਹਨਾਂ ਨੂੰ ਕੀ ਲੋੜ ਸੀ ਦਾਵਤ ਦੇਣ ਦੀ ਤੁਹਾਡੇ ਮਹੱਲੇ ਚ ਆਉਂਦੇ ਮੈਂ 1000 ਕੁੱਤੇ ਦਾ ਦਾਵਾ ਕਰਦਾ ਇਹਨਾਂ ਨਾਲ ਮੈਂ ਨਾਲ ਲਾ ਕੇ ਫੜਵਾਉਂਗਾ ਵੇਖ ਲਓ ਜਣਾ ਸਾਹਿਬ ਲੋਕ ਕਿਵੇਂ ਕਿਵੇਂ ਵਿਆਹ ਆਪਣਾ ਕਰਵਾਉਂਦੇ ਨੇ ਤੇ ਕੀ ਕੁਝ ਵਿਆਹ ਦੇ ਵਿੱਚ ਕਰਦੇ ਨੇ ਦੇਖੋ ਕਹਿੰਦੇ ਆ ਵੀ ਇਹ ਹੈਗੇ ਤਾਂ ਚਲੋ ਬਹੁਤ ਵਧੀਆ ਸਮਾਜ ਸੇਵਾ ਵਾਲਾ ਕੰਮ ਆ ਮੈਂ ਇਹ ਨਹੀਂ ਕਹਿੰਦਾ ਵੀ ਭਾਈ ਤੁਸੀਂ ਬੇਜ਼ਬਾਨਾ ਨਹੀਂ ਕਦਰ ਨਾ ਕਰੋ ਮੈਚਾਉਣਾ ਵੀ ਗਾਂ ਨੂੰ ਵੀ ਪੱਠੇ ਪਾਓ ਤੁਸੀਂ ਬਿੱਲੀ ਵੀ ਰੱਖ ਲਓ ਜੇ ਤੁਹਾਡੀ ਮਰਜ਼ੀ ਆ ਪਰ ਬਿੱਲੀਆਂ ਦੀ ਵੀ ਗੱਲ ਵੱਖਰੀ ਆ ਜੀ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਨੇ ਬਿੱਲੀਆਂ ਰੱਖੀਆਂ ਉਹ ਗਦੈਲਾ ਜਾਂ ਬਣੀਆ ਹੁੰਦੀਆਂ ਸੀ ਸਾਡੀ ਗਮਾਂਢ ਗਾਂ ਨੇ ਰੱਖੀ ਹੁੰਦੀ ਸੀ ਮੈਂ ਨਿੱਕਾ ਜਿਹਾ ਸੀਗਾ ਜੀ ਸਾਰੇ ਟੱਬਰ ਦੇ ਢਿੱਡ ਤੇ ਲੰਦਰਾ ਮਾਰ ਜਾਂਦੀ ਸੀ ਤੇ ਬਾਅਦ ਦੇ ਵਿੱਚ ਹੱਗ ਕੇ ਨਾ ਉੱਤੇ ਤੂੜੀ ਪਾ ਦਿੰਦੀ ਸੀ ਤੇ ਤੜਕੇ ਜਦੋਂ ਟੋਕਰਾ ਭਰ ਨਮਾ ਜਸਤੇ ਦੇ ਵਿੱਚੋਂ ਜੰਗੜ ਮੰਗੜ ਨਿਕਲਣਾ ਉਹ ਸਾਡੀਆਂ ਬਿੱਲੀਆਂ ਵੀ ਐ ਕਰਦੀਆਂ ਬਾਹਰਲੀਆਂ ਬਿੱਲੀਆਂ ਦੀ ਗੱਲ ਹੀ ਹੋਰ ਆ ਬਿਲਕੁਲ ਉਹ ਤਾਂ ਨਾਲ ਰਹਿੰਦੀਆਂ ਨੇ ਬੈੱਡ ਤੇ ਸੌਂਦੀਆਂ ਨੇ ਕਿਆ ਉਹ ਵੀ ਤੁਹਾਨੂੰ ਪ ਰੰਧਲੀ ਪਾਰਲਾ ਨਾ ਵਗੈਰਾ ਚ ਜਾਂਦੀਆਂ ਨੇ ਪੈਸਿਆਂ ਦੀ ਗੱਲ ਆ ਬਿਲਕੁਲ ਪੰਜਾਬ ਦੇ ਵਿੱਚ ਨੇ ਇੱਕ ਬੜਾ ਵੱਡਾ ਨੇਤਾ ਸੀ ਹੂੰ ਉਹਨਾਂ ਨੂੰ ਕੁੱਤਿਆਂ ਤੋਂ ਬੜੀ ਨਫ਼ਰਤ ਸੀਗੀ ਨਹੀਂ ਉਹਨੂੰ ਇੱਕ ਵਾਰੀ ਨਾ ਕੁੱਤਿਆਂ ਦੀ ਦੌੜ ਦੇ ਮੁਕਾਬਲੇ ਦੇ ਵਿੱਚ ਫੀਤਾ ਕੱਟਣ ਵਾਸਤੇ ਬੁਲਾਇਆ ਅੱਛਾ ਜੀ ਉਹਨੂੰ ਕਹਿੰਦੇ ਵੀ ਹੁਣ ਤੁਸੀਂ ਨਾ ਫੀਤਾ ਕੱਟ ਕੇ ਤੇ ਚਾਰ ਸ਼ਬਦ ਵੀ ਬੋਲੋ ਜੀ ਉਹ ਮਾਈਕ ਦੇ ਮੋਰੇ ਖੜ ਕੇ ਕਹਿੰਦਾ ਦੇਖੋ ਪੈਣੋ ਤੇ ਭਰਾਵੋ ਤੁਸੀਂ ਇਹ ਮੁਕਾਬਲਾ ਕਰਾਉਣ ਲੱਗੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੂੰ ਮੇਰੀ ਤੁਸੀਂ ਜ਼ਿੰਮੇਵਾਰੀ ਲਈ ਮੈਂ ਆਇਆ ਨਮੀ ਕੈਂਚੀ ਦੇ ਨਾਲ ਲਾਲ ਰੰਗ ਦਾ ਫੀਤਾ ਕੱਟਦਾ ਮਿਸ਼ਰੀ ਖਾ ਲੀ ਐ ਇਲਾਇਚੀ ਚਬ ਲਈ ਐ ਹੂੰ ਪਰ ਕਹਿੰਦਾ ਵੀ ਕਤੀੜਾਂ ਦੇ ਉੱਤੇ ਮੈਂ ਨਹੀਂ ਭਰੋਸਾ ਕਰਦਾ ਕਰਦੇ ਤੁਸੀਂ ਵੀ ਨਹੀਂ ਆ ਵੈਸੇ ਦੇਖੋ ਜਿਹੜਾ ਕਹਿੰਦਾ ਜੀ ਵੀ ਭਾਈ ਟੜਾਂ ਗਲਤ ਕਹਿੰਦਾ ਹਾਂ ਮੇਰੇ ਨਾਲ ਮੋਟਰਸਾਈਕਲ ਦੇ ਮਗਰ ਬਹਿ ਕੇ ਹੂੰ ਇੱਕ ਵਾਰੀ ਉਧਰ ਨੂੰ ਜਾਵੇ ਹਾਂ ਜੇ ਕਿਤੇ ਹੁਸੈਨ ਬੋਲਟ ਨਾ ਬਣਾਤਾ ਨਾ ਕੁੱਤੇ ਨੇ ਭਜਾ ਭਜਾ ਕੇ ਤੇ ਫਿਰ ਮੇਰਾ ਨਾਮ ਬਦਲ ਦਿਓ ਬਿਲਕੁਲ ਸਹੀ ਸਾਬਾ ਹੁਣ ਜਾਣ ਦਾ ਆਪਣਾ ਵੇਲਾ ਹੋ ਗਿਆ ਹੈ ਤੇ ਕੱਲ ਵਾਲੇ ਸਵਾਲ ਦਾ ਜਵਾਬ ਦੇ ਦਈਏ ਤੁਸੀਂ ਦੇਣਾ ਸੀ ਕੱਲ ਫਟਾਫਟ ਕਿਹਾ ਸੀ ਹਾਂ ਮੈਂ ਹੱਥ ਨਾਲ ਇਸ਼ਾਰਾ ਕਰਤਾ ਵੈਸੇ ਐ ਕਰੀ ਜਾਂਦੇ ਆ ਹਾਂ ਟੇਰਨ ਕੀ ਹੁੰਦਾ ਇਹ ਜਿਹੜਾ ਟੇਰਨਾ ਇਹ ਇਸੇ ਸਾਈਜ਼ ਦੇ ਵਿੱਚ ਹੁੰਦਾ ਇਹ ਐਉਂ ਐਉਂ ਤੇ ਵਿਚਾਲੇ ਡੰਡੀ ਜੀ ਇਹ ਅਸਲ ਦੇ ਵਿੱਚ ਜਿਹੜਾ ਸੂਤ ਕੱਤਿਆ ਹੁੰਦਾ ਆਪਾਂ ਉਹਨੂੰ ਐ ਟੇਰਨਾ ਕਹਿੰਦੇ ਆ ਉਹਨੂੰ ਐ ਕਰਕੇ ਸੂਤ ਨੂੰ ਆਪਾਂ ਜਮਾ ਕਰਦੇ ਹਾਂ ਉਹਨਾਂ ਦਾ ਛਿਬਾ ਬਣਾਉਨੇ ਆ ਹੁਣ ਤੁਹਾਨੂੰ ਛਿਬਾ ਦਾ ਨਹੀਂ ਪਤਾ ਹੋਣਾ ਅੱਪਾ ਪੁੱਛ ਲੈਣੇ ਆਂ ਨਹੀਂ ਨਹੀਂ ਛੱਬ ਦਾ ਪਤਾ ਹੋਊਗਾ ਪੁੱਛ ਲੈਣੇ ਆਂ ਆਪਾਂ ਸੂਤ ਨੂੰ ਅਟੇਰ ਲਿਆ ਨਾ ਮੈਨੂੰ ਪਤਾ ਲੱਗ ਗਿਆ ਵੀ ਛੱਬਾਂ ਕੀ ਹੁੰਦੀਆਂ ਨੇ ਪੁੱਛ ਛੱਬ ਨੂੰ ਬਾਅਦ ਦੇ ਵਿੱਚ ਆਪਾਂ ਰੰਗਦੇ ਆਂ ਫਿਰ ਆਪਾਂ ਦਰੀ ਬਣਾਉਣੀ ਹੁੰਦੀ ਆ ਇਹ ਅਟੇਰ ਇਹ ਆ ਜਿਹਦੇ ਉੱਤੇ ਸੂਤ ਲਪੇਟਿਆ ਜਾਂਦਾ ਆਪਾਂ ਇਹ ਕਹਿ ਦਿੰਨੇ ਬਿਲਕੁਲ ਸਹੀ ਗੱਲ ਐ ਸੋ ਹੁਣ ਛੱਬਾਂ ਪੁੱਛ ਲਈਏ ਫਿਰ ਕੀ ਹੁੰਦੀਆਂ ਨੇ ਪੁੱਛੋ ਵੀ ਛੱਬ ਕੀ ਹੁੰਦੀ ਐ ਇਹ ਵੀ ਛੱਬ ਕੀ ਹੁੰਦੀ ਐ ਇਹ ਵੀ ਦੱਸ ਦਿਓ ਚਲੋ ਤੇ ਫਿਲਹਾਲ ਮੈਂ ਤਾਂ ਸਹਤ ਹੈ ਹੁਣ ਨਹੀਂ ਤੇ ਚਲੋ ਦੁਬਾਰਾ ਦੱਸ ਦੇਣਗੇ ਅੱਛਾ ਲੱਗ ਜਾਊਗਾ ਪਤਾ ਹਾਂ ਹਾਂ ਫਿਰ ਕੀ ਐ